ਜੀ ਦੀ ਪ੍ਰਧਾਨ ਬਾਣੀ ਹੈ। ਇਸ ਨੂੰ ਅੰਮ੍ਰਿਤ ਵਿੱਚ ਵੀ ਪੜ੍ਹਿਆ ਜਾਂਦਾ ਹੈ। ਨਿਤਨੇਮ ਦੇ ਵਿੱਚ ਵੀ ਇਸ ਬਾਣੀ ਦਾ ਜਾਪ ਕੀਤਾ ਜਾਂਦਾ ਹੈ। ਉਸ ਪਵਿੱਤਰ ਬਾਣੀ ਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ, 43 ਪੌੜੀਆਂ ਦੀ ਕਥਾ ਆਪ ਸੰਗਤਾਂ ਨੇ ਕੱਲ੍ਹ ਸਰਵਣ ਕੀਤੀ ਸੀ, ਹੁਣ ਅੱਗੇ ਕਥਾ ਆਰੰਭ ਹੋ ਰਹੀ ਹੈ। ਭੁਜੰਗ ਪ੍ਰਿਆਤ ਛੰਦ, ਭੁਜੰਗ ਪ੍ਰਿਆਤ ਛੰਦ ਦਾ ਨਾਮ ਹੈ। ਭੁਜੰਗ ਸੱਪ ਨੂੰ ਕਹਿੰਦੇ ਨੇ, ਪ੍ਰਿਆਤ ਦਾ ਅਰਥ ਹੁੰਦਾ ਚੱਲਣਾ, ਜਿਵੇਂ ਸੱਪ ਵਲ ਖਾ ਖਾ ਕੇ ਤੁਰਦਾ ਹੈ ਉਸੇ ਤਰ੍ਹਾਂ ਛੰਦ ਦੀ ਚਾਲ ਹੈ। ਗਰੀਬਨ ਵਾਜ ਸਤਿਗੁਰੂ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਕਿਵੇਂ ਅਕਾਲ ਪੁਰਖ ਵਾਹਿਗੁਰੂ ਦੀ ਉਸਤ ਉਚਾਰਨ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭੁਜੰਗ ਪ੍ਰਿਆਤ ਛੰਦ ਨਵੋ ਸਰਬ ਮਾਨੇ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਸਰਬ ਮਾਨੇ, ਤੁਸੀਂ ਸਾਰਿਆਂ ਦੇ ਮੰਨਣ ਯੋਗ ਹੋ, ਪੂਜਣ ਯੋਗ ਹੋ, ਤੁਹਾਨੂੰ ਸਾਡੀ ਨਮਸਕਾਰ ਹੈ। ਸਮਸਤਿ ਨਿਧਾਨੇ, ਹੇ ਵਾਹਿਗੁਰੂ ਜੀ ਤੁਸੀਂ ਸਾਰੇ ਖਜ਼ਾਨਿਆਂ ਦੇ ਮਾਲਕ ਹੋ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਤ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਿਧੀਆਂ ਸਿਧੀਆਂ ਦੇ ਨਾਮ ਬਾਣੀ ਦੇ ਪਾਉ ਭਗਤੀ ਦੇ ਸਾਰੇ ਖਜ਼ਾਨਿਆਂ ਦੇ ਮਾਲਕ ਤੁਸੀਂ ਹੋ। ਨਮੋ ਦੇਵ ਦੇਵੇ, ਹੇ ਵਾਹਿਗੁਰੂ ਜੀ ਸਾਰੇ ਦੇਵਤਿਆਂ ਦੇ ਦੇਵ ਦਾ ਅਰਥ ਹੈ ਪੂਜਨ ਯੋਗ, ਤੁਸੀਂ ਹੋ। ਅਥਵਾ ਸਭ ਦੇਵਤਿਆਂ ਦੇ ਦੇਵੇ ਪ੍ਰਕਾਸ਼ਕ ਹੋ। ਅਪੇਖੀ ਅਪਹੇਵੇ, ਹੇ ਵਾਹਿਗੁਰੂ ਜੀ ਤੁਸੀਂ ਭੇਖਾ ਤੋਂ ਵੀ ਰਹਿਤ ਹੋ, ਤੁਹਾਡਾ ਕੋਈ ਭੇਤ ਵੀ ਨਹੀਂ ਲੱਭ ਸਕਦਾ। ਨਮੋ ਕਾਲ ਕਾਲੇ, ਹੇ ਵਾਹਿਗੁਰੂ ਜੀ ਤੁਸੀਂ ਕਾਲ ਦਾ ਵੀ ਕਾਲ ਕਰਨ ਵਾਲੇ ਮਹਾਂਕਾਲ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਸਰਬ ਪਾਲੇ, ਹੇ ਵਾਹਿਗੁਰੂ ਜੀ ਤੁਸੀਂ ਸਾਰਿਆਂ ਦੀ ਪਾਲਣਾ ਕਰਨ ਵਾਲੇ ਹੋ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ, ਤੁਹਾਨੂੰ ਨਮਸਕਾਰ ਹੈ। ਨਮੋ ਸਰਬ ਗਾਉਣੇ, ਹੇ ਵਾਹਿਗੁਰੂ ਜੀ ਤੁਸੀਂ ਸਭ ਥਾਵਾਂ 'ਤੇ ਗਾਉਣੇ ਦਾ ਅਰਥ ਹੈ ਗਮਨ ਕਰਨ ਵਾਲੇ ਹੋ, ਜਿੱਥੇ ਵੀ ਜਾਣਾ ਚਾਹੁੰਦੇ ਉੱਥੇ ਜਾ ਸਕਦੇ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਸਰਬ ਪਾਉਣੇ, ਹੇ ਵਾਹਿਗੁਰੂ ਜੀ ਸਾਰੇ ਭਵਨ ਜਿਹੜੇ ਤਬਕ ਨੇ, ਲੋਕ ਨੇ, ਉਹਨਾਂ ਵਿੱਚ ਤੁਸੀਂ ਪਰਿਪੂਰਨ ਹੋ ਰਹੇ ਹੋ, ਤੁਹਾਨੂੰ ਸਾਡੀ ਨਮਸਕਾਰ ਹੈ। ਅਨੰਗੀ ਅਨਾਥੇ, ਹੇ ਵਾਹਿਗੁਰੂ ਤੁਸੀਂ ਅੰਗੀ ਸਰੀਰ ਤੋਂ ਰਹਿਤ ਹੋ ਤੇ ਅਨਾਥੇ, ਤੁਹਾਡਾ ਕੋਈ ਮਾਲਕ ਵੀ ਨਹੀਂ ਹੈ। ਨਿਰਸੰਗੇ ਪਰਮਾਥੇ, ਤੁਸੀਂ ਨਿਰਸੰਬੰਧ ਹੋ, ਨਿਰਲੇਪ ਹੋ ਪਰਮਾਥੇ, ਪਰ ਵਿਸ਼ੇਸ਼ ਕਰਕੇ ਸਭ ਨੂੰ ਮਾਥੇ ਮਲਣ ਵਾਲੇ, ਨਾਸ ਕਰਨ ਵਾਲੇ ਹੋ। ਨਮੋ ਭਾਨ ਭਾਨੇ, ਹੇ ਵਾਹਿਗੁਰੂ ਜੀ ਤੁਸੀਂ ਸੂਰਜਾਂ ਦੇ ਵੀ ਸੂਰਜ ਹੋ, ਸੂਰਜ ਨੂੰ ਵੀ ਤੁਸੀਂ ਹੀ ਤੇਜ ਪ੍ਰਕਾਸ਼ ਦੇਣ ਵਾਲੇ ਹੋ। ਨਮੋ ਮਾਨ ਮਾਨੇ, ਤੁਸੀਂ ਮਾਣ ਦਾ ਵੀ ਮਾਣ ਹੋ, ਅਥਵਾ ਜਿਹੜੇ ਮੰਨਣ ਯੋਗ ਨੇ, ਪੂਜਨ ਯੋਗ ਨੇ, ਤੁਸੀਂ ਗਾਂ ਉਹਨਾਂ ਦੇ ਵੀ ਪੂਜਨ ਯੋਗ, ਸਭ ਤੋਂ ਵੱਡੇ ਸ਼੍ਰੋਮਣੀ ਹੋ। ਨਮੋ ਚੰਦਰ ਚੰਦਰੇ, ਹੇ ਵਾਹਿਗੁਰੂ ਜੀ ਤੁਸੀਂ ਚੰਦਰਮਾ ਦੇ ਵੀ ਚੰਦਰੇ ਪ੍ਰਕਾਸ਼ਕ ਹੋ, ਭਾਵ
ਚੰਦਰਮਾ ਨੂੰ ਚਾਂਦਨੀ ਵੀ ਤੁਸੀਂ ਬਖਸ਼ਿਸ਼ ਕਰਨ ਵਾਲੇ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਭਾਨ ਭਾਨੇ। ਇਹ ਵਾਹਿਗੁਰੂ ਜੀ, ਤੁਸੀਂ ਸੂਰਜਾਂ ਦੇ ਵੀ ਸੂਰਜ ਹੋ, ਸੂਰਜਾਂ ਦੇ ਵੀ ਪ੍ਰਕਾਸ਼ਕ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਗੀਤ ਗੀਤੇ। ਗੀਤਾਂ ਦੇ ਗੀਤ ਵੀ ਤੁਸੀਂ ਹੋ। ਇਹਦਾ ਮਤਲਬ ਇਹ ਹੈ, ਲੋਕ ਗੀਤ ਗਾਉਂਦੇ ਨੇ ਪਰ ਸਾਰਿਆਂ ਵਿੱਚੋਂ ਸ਼੍ਰੋਮਣੀ ਗੀਤ ਤੁਹਾਡੇ ਸਿਫਤ ਸਲਾਹ ਦੇ ਨੇ, ਜੋ ਗੁਰਬਾਣੀ ਦੇ ਰੂਪ ਦੇ ਵਿੱਚ ਪ੍ਰਗਟ ਨੇ, ਤੁਹਾਨੂੰ ਨਮਸਕਾਰ ਹੈ। ਨਮੋ ਤਾਨ ਤਾਨੇ। ਇਹ ਵਾਹਿਗੁਰੂ ਜੀ, ਜਿਹੜੇ ਰਾਗੀ ਸਿੰਘ ਤਾਨਾ ਲਾਉਂਦੇ ਨੇ, ਤਾਨ ਪਾਰਟੀ ਲਾਉਂਦੇ ਨੇ, ਤੁਸੀਂ ਤਾਨਾ ਦੇ ਵੀ ਤਾਨ ਹੋ, ਉਹਨਾਂ ਨੂੰ ਵੀ ਸ਼ਕਤੀ ਪ੍ਰਦਾਨ ਕਰਨ ਵਾਲੇ, ਤੁਹਾਨੂੰ ਨਮਸਕਾਰ ਹੈ। ਨਮੋ ਨ੍ਰਿਤ ਨ੍ਰਿਤੇ। ਇਹ ਵਾਹਿਗੁਰੂ ਜੀ, ਜਿਹੜੇ ਨ੍ਰਿਤ ਕਰਨ ਵਾਲੇ ਨੇ, ਨੱਚਣ ਟੱਪਣ ਵਾਲੇ ਲੋਕ ਨੇ, ਉਹਨਾਂ ਵਿੱਚ ਨਿਰਤ ਰੂਪ ਹੋ ਕੇ ਤੁਸੀਂ ਆਪ ਹੀ ਵਰਤ ਰਹੇ, ਤੁਹਾਨੂੰ ਨਮਸਕਾਰ ਹੈ। ਨਮੋ ਨਾਦ ਨਾਦੇ। ਜੋ ਨਾਦ ਸੰਗੀਤ ਦੀ ਧੁਨ ਹੈ, ਅਤੇ ਤੁਸੀਂ ਨਾਦ ਦਾ ਵੀ ਨਾਦ ਹੋ, ਸੰਗੀਤ ਦੀ ਧੁਨ ਵਿੱਚ ਵੀ ਤੁਸੀਂ ਬਿਰਾਜਮਾਨ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਪਾਨ ਪਾਨੇ। ਇਹ ਵਾਹਿਗੁਰੂ ਜੀ, ਪਾਨ ਪਾਨੇ, ਪਾਨ ਹੱਥਾਂ ਵਿੱਚ, ਅਤੇ ਪਾਨ ਦਾ ਅਰਥ ਹੈ ਪਾਣੀ, ਜਲ, ਇਹਨਾਂ ਵਿੱਚ ਵੀ ਤੁਸੀਂ ਆਪ ਵਰਤ ਰਹੇ ਹੋ। ਨਮੋ ਬਾਦ ਬਾਜੇ। ਇਹ ਵਾਹਿਗੁਰੂ, ਜਿਹੜੇ ਬਾਦ ਦਾ ਅਰਥ ਹੈ ਵਾਜੇ ਨੇ, ਸੰਗੀਤਕਾਰ ਸਾਜ ਵੀ ਵਜਾਉਂਦੇ ਨੇ ਨਾ, ਸਾਜ ਨੂੰ ਵਾਜਾ ਵੀ ਕਹਿ ਦਿੰਦੇ ਨੇ, ਤੁਸੀਂ ਵਾਜਿਆਂ ਦੇ ਵੀ ਵਾਜੇ ਹੋ, ਸਾਜਾਂ ਦੇ ਵੀ ਵੱਡੇ ਸਾਜ ਤੁਸੀਂ ਹੋ, ਤੁਹਾਨੂੰ ਨਮਸਕਾਰ ਹੈ। ਅਨੰਗੀ ਅਨਾਮੇ। ਇਹ ਵਾਹਿਗੁਰੂ, ਤੁਸੀਂ ਅੰਗਾਂ ਤੋਂ ਰਹਿਤ, ਸਰੀਰ ਤੋਂ ਰਹਿਤ, ਅਨਾਮੀ ਨਾਮ ਤੋਂ ਵੀ ਰਹਿਤ ਹੋ, ਸਮਸਤੇ ਸਰੂਪੇ, ਸਾਰੇ ਸਰੂਪਾਂ ਦੇ ਵਿੱਚ ਤੁਸੀਂ ਬਿਰਾਜਮਾਨ ਹੋ। ਪਰਭੰਗੇ ਪਰਮਾਥੇ। ਪਰਭੰਗੀ ਪਰ ਵਿਸ਼ੇਸ਼ ਕਰਕੇ ਸਭ ਨੂੰ ਭੰਗੀ ਨਾਸ ਕਰਨ ਵਾਲੇ, ਤੇ ਪਰਮਾਥੇ ਤੇ ਸਭ ਨੂੰ ਮਲ ਸੁੱਟਣ ਵਾਲੇ ਹੋ, ਸਮਸਤੇ ਵਿਭੂਤੇ। ਇਹ ਵਾਹਿਗੁਰੂ ਜੀ, ਸਾਰੀਆਂ ਵਿਭੂਤੀਆਂ ਦੇ ਮਾਲਕ ਵੀ ਤੁਸੀਂ ਹੋ। ਕਲੰਕ ਬਿਨਾਂ ਨੇ ਕਲੰਕੀ ਸਰੂਪੇ। ਤੁਸੀਂ ਕਲੰਕ ਤੋਂ ਬਿਨਾਂ ਨੇ ਕਲੰਕ ਸਰੂਪ ਹੋ, ਭਾਵ ਤੁਹਾਨੂੰ ਕੋਈ ਕਲੰਕ ਨਹੀਂ ਲੱਗ ਸਕਦਾ, ਕੋਈ ਦਾਗ ਨਹੀਂ ਲੱਗ ਸਕਦਾ, ਕੋਈ ਧੱਬਾ ਨਹੀਂ ਲੱਗ ਸਕਦਾ, ਕੋਈ ਤੁਹਾਡੇ 'ਚ ਦੋਸ਼ ਨਹੀਂ ਲਾ ਸਕਦਾ, ਤੁਸੀਂ ਨੇ ਕਲੰਕ ਸਰੂਪ ਹੋ। ਨਮੋ ਰਾਜ ਰਾਜੇਸ਼ ਪਰਮ ਪਰਮ ਰੂਪੇ। ਇਹ ਵਾਹਿਗੁਰੂ ਜੀ, ਤੁਸੀਂ ਰਾਜਿਆਂ ਦੇ ਵੀ ਰਾਜ ਯੋਗੀ ਹੋ, ਅਤੇ ਬਹੁਤ ਸੋਹਣੇ ਸੁੰਦਰ ਸਰੂਪ ਵਾਲੇ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਜੋਗ ਜੋਗੇਸ਼ਵਰੋਂ ਪਰਮ ਸਿੱਧੇ। ਇਹ ਵਾਹਿਗੁਰੂ ਜੀ, ਤੁਸੀਂ ਯੋਗੀਆਂ ਦੇ ਯੋਗੀ ਰਾਜਾ ਹੋ, ਅਤੇ ਪਰਮ ਸਿੱਧ ਅਵਸਥਾ ਦੇ ਮਾਲਕ ਹੋ, ਤੁਹਾਨੂੰ ਸਾਡੀ ਨਮਸਕਾਰ ਹੈ। ਨਮੋ ਰਾਜ ਰਾਜੇਸ਼ਵਰੋਂ ਪਰਮ ਪ੍ਰਿਧੇ। ਇਹ ਵਾਹਿਗੁਰੂ, ਤੁਸੀਂ ਰਾਜਿਆਂ ਦੇ ਵੀ ਰਾਜੇ, ਸ਼੍ਰੋਮਣੀ ਰਾਜੇ ਹੋ, ਚੱਕਰਵਰਤੀ ਬਾਦਸ਼ਾਹ ਹੋ, ਅਤੇ ਪਰਮ ਬਿਰਦੇ ਸਭ ਤੋਂ ਵੱਡੇ ਅਤੇ ਸਭ ਤੋਂ ਉੱਚੇ ਅਹੁਦੇ 'ਤੇ ਬਿਰਾਜਮਾਨ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਸ਼ਸਤਰ ਪਾਣੇ। ਇਹ ਵਾਹਿਗੁਰੂ ਜੀ, ਆਪਣੇ ਹੱਥਾਂ ਵਿੱਚ ਤੁਸੀਂ ਸ਼ਸਤਰ ਪਕੜਨ ਵਾਲੇ ਹੋ, ਜਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਨੂੰ ਖੜਕ ਕੇਤ ਅਸ ਕਿਰ ਸ਼ਬਦ ਦੁਆਰਾ ਸੰਬੋਧਨ ਕੀਤਾ, ਤੁਸੀਂ ਆਪਣੇ ਹੱਥਾਂ ਵਿੱਚ ਸ਼ਸਤਰ ਪਕੜਨ ਵਾਲੇ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਅਸਤਰ ਮਾਣੇ। ਤੁਸੀਂ ਹੀ ਮਹਾਰਾਜ, ਜਿਹੜੇ ਅਸਤਰ ਨੇ, ਸ਼ਸਤਰ ਉਹਨੇ ਜਿਹੜੇ ਹੱਥ ਵਿੱਚ ਫੜ ਕੇ ਚਲਾਏ ਜਾਂਦੇ ਨੇ, ਅਸਤਰ ਉਹ ਹੁੰਦੇ ਨੇ ਜਿਹੜੇ ਹੱਥੋਂ ਛੱਡ ਕੇ ਚਲਾਏ ਜਾਂਦੇ ਨੇ, ਜਿਵੇਂ ਤੀਰ ਹੈ, ਵਰਸ਼ਾ ਹੈ, ਨੇਜਾ ਹੈ, ਚੱਕਰ ਹੈ, ਇਹਨੂੰ ਅਸਤਰ ਕਹਿੰਦੇ ਨੇ। ਤੁਸੀਂ ਹੱਥ ਵਿੱਚ ਸ਼ਸਤਰ ਪਕੜਨ ਵਾਲੇ ਹੋ, ਅਤੇ ਨਾਲ ਜਿਹੜੇ ਹੱਥੋਂ ਛੱਡ ਕੇ ਚਲਾਉਣ ਵਾਲੇ ਅਸਤਰ ਨੇ, ਉਹਨਾਂ ਦੇ ਵੀ ਧਨੀ ਹੋ, ਉਹਨਾਂ ਦਾ ਵੀ ਆਨੰਦ ਮਾਣਦੇ, ਤੁਹਾਨੂੰ ਨਮਸਕਾਰ ਹੈ। ਨਮੋ ਪਰਮ ਗਿਆਤਾ। ਇਹ ਵਾਹਿਗੁਰੂ, ਸਭ ਤੋਂ ਵੱਡੀ ਸਰਬਗਤਾ ਦੇ ਮਾਲਕ ਤੁਸੀਂ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਲੋਕ ਮਾਤਾ। ਸਾਰੇ ਲੋਕਾਂ ਦੀ ਮਾਤਾ, ਪੈਦਾਇਸ਼ ਕਰਨ ਵਾਲੇ ਤੁਸੀਂ ਹੋ, ਅਤੇ ਤੁਹਾਨੂੰ ਸਾਡੀ ਨਮਸਕਾਰ ਹੈ। ਭੇਖੇ ਅਪਹਰਮੇ। ਇਹ ਵਾਹਿਗੁਰੂ, ਤੁਸੀਂ ਭੇਖਾਂ ਤੋਂ ਰਹਿਤ, ਅਤੇ ਭਰਮ ਤੋਂ ਵੀ ਮੁਕਤ ਹੋ। ਅਭੋਗੇ ਅਭੋਗਤੰ। ਭੋਗਾਂ ਤੋਂ ਵੀ ਰਹਿਤ,
ਅਤੇ ਨਾਲ ਅਭੋਗਤੇ ਅਤੇ ਛਕਣ ਤੋਂ ਵੀ ਰਹਿਤ ਹੋ, ਤੁਸੀਂ ਕੁਛ ਖਾਂਦੇ ਪੀਂਦੇ ਵੀ ਨਹੀਂ, ਪੌਣਹਾਰੀ ਹੋ। ਨਮੋ ਯੋਗ ਯੋਗੇਸ਼ਵਰੋਂ ਪਰਮ ਯੋਗ ਤੇ। ਇਹ ਵਾਹਿਗੁਰੂ, ਤੁਸੀਂ ਯੋਗੀਆਂ ਦੇ ਵੀ ਸ਼੍ਰੋਮਣੀ ਯੋਗੀ ਹੋ ਅਤੇ ਪਰਮ ਯੁਗ ਤੇ, ਜਿਹੜੀ ਸਹਿਜ ਯੋਗ ਦੀ ਯੁਗਤੀ ਹੈ ਅਤੇ ਉਹਦੇ ਵਿੱਚ ਸਭ ਤੋਂ ਉੱਚੀ ਯੁਗਤੀ ਵਿੱਚ ਵਰਤਣ ਵਾਲੇ ਹੋ, ਭਾਵ ਸ਼ਬਦ ਸੁਰ ਦਾ ਸੁਮੇਲ ਕਰਕੇ ਵਾਹਿਗੁਰੂ ਦੇ ਨਾਲ ਮਿਲਾਪ ਕਰਾਉਣ ਵਾਲੀ ਵੱਡੀ ਯੁਗਤੀ ਦੇ ਮਾਲਕ ਹੋ। ਨਮੋ ਨਿਤ ਨਾਰਾਇਣ ਕਰੂਰ ਕਰਮੇ। ਹੇ ਵਾਹਿਗੁਰੂ ਜੀ, ਤੁਸੀਂ ਨਾਰਾਇਣ ਸਰੂਪ ਹੋ, ਤੁਹਾਡੇ ਵਿੱਚ ਅਵਿਦਿਆ ਦੀ ਰਾਤ ਨਹੀਂ ਹੈ, ਨਰਾਂ ਨਰਾਂ ਵਿੱਚ ਆਏ ਹੋਏ ਹੋ ਅਤੇ ਹਮੇਸ਼ਾ ਕਰੂਰ ਕਰਮ ਵੀ ਕਰਦੇ ਹੋ। ਜਦੋਂ ਦੁਸ਼ਟਾਂ ਨੂੰ ਡੰਡ ਦਿੰਦੇ ਹੋ, ਹਰਨਾਕਸ਼ ਦੁਸ਼ਟ ਹਰ ਮਾਰਿਆ, ਉਸ ਵੇਲੇ ਕਰੂਰ ਕਰਮ ਕਰਦੇ ਹੋ। ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ। ਹੇ ਵਾਹਿਗੁਰੂ, ਤੁਸੀਂ ਹੀ ਜਿਹੜੀਆਂ ਪ੍ਰੇਤ ਅਪਵਿੱਤਰ ਰੂਹਾਂ ਨੇ, ਨਾਪਾਕ ਰੂਹਾਂ ਨੇ, ਅਤੇ ਅਪ੍ਰੇਤ ਜਿਹੜੀਆਂ ਪਵਿੱਤਰ ਰੂਹਾਂ ਨੇ, ਅਤੇ ਜਿੰਨੇ ਦੇਵਤੇ ਨੇ, ਅਤੇ ਦੇਵਤਿਆਂ ਦਾ ਬਾਦਸ਼ਾਹ ਸੁਧਰਮੇ ਇੰਦਰ ਨੂੰ ਕਹਿੰਦੇ ਨੇ, ਉਹਦੇ ਵਿੱਚ ਵੀ ਤੁਸੀਂ ਹੀ ਵਰਤ ਰਹੇ ਹੋ। ਇਹਦਾ ਮਤਲਬ ਇਹ ਹੈ, ਜਿੰਨੀਆਂ ਵੀ ਪਵਿੱਤਰ ਰੂਹਾਂ ਨੇ, ਨਾਪਾਕ ਰੂਹਾਂ ਨੇ, ਦੇਵਤੇ ਨੇ, ਦੇਵਤਿਆਂ ਦੇ ਬਾਦਸ਼ਾਹ ਨੇ, ਸਾਰਿਆਂ ਵਿੱਚ ਤੁਸੀਂ ਵਰਦੇ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਰੋਗ ਹਰਤਾ ਨਮੋ ਰਾਗ ਰੂਪੇ। ਇਹ ਵਾਹਿਗੁਰੂ ਜੀ, ਤੁਸੀਂ ਸਾਰੇ ਰੋਗਾਂ ਨੂੰ ਨਾਸ ਕਰਨ ਵਾਲੇ ਹੋ, ਤੁਹਾਨੂੰ ਨਮਸਕਾਰ ਹੈ। ਤੁਸੀਂ ਹੀ ਰਾਗ ਸੰਗੀਤ ਰੂਪ ਹੋ ਕੇ ਵਰਤ ਰਹੇ ਹੋ, ਤੁਸੀਂ ਹੀ ਰਾਗ ਪ੍ਰੇਮ ਰੂਪ ਹੋ ਕੇ ਵਰਤ ਰਹੇ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਸ਼ਾਹ ਸ਼ਾਹ ਨਮੋ ਭੂਪ ਭੂਪੇ। ਇਹ ਵਾਹਿਗੁਰੂ ਜੀ, ਤੁਸੀਂ ਸ਼ਾਹਾਂ ਦੇ ਸ਼ਾਹ ਹੋ, ਧਨਾਡਾਂ ਦੇ ਧਨਾਡ ਹੋ, ਤੁਸੀਂ ਕੁਬੇਰਪਤੀ ਹੋ ਅਤੇ ਰਾਜਿਆਂ ਦੇ ਵੀ ਰਾਜੇ ਹੋ, ਤੁਹਾਨੂੰ ਨਮਸਕਾਰ ਨਮਸਕਾਰ ਹੈ। ਨਮੋ ਦਾਨ ਦਾਨੇ ਨਮੋ ਮਾਨ ਮਾਨੇ। ਇਹ ਵਾਹਿਗੁਰੂ, ਦਾਨਾਂ ਵਿੱਚੋਂ ਜਿਹੜਾ ਮਹਾਂਦਾਨ ਹੈ, ਨਾਮ ਦਾ ਦਾਨ ਬਖਸ਼ਿਸ਼ ਕਰਨ ਵਾਲੇ ਹੋ, ਤੁਹਾਨੂੰ ਨਮਸਕਾਰ ਹੈ। ਮਾਣ ਦਾ ਵੀ ਮਾਣ ਤੁਸੀਂ ਹੋ, ਅਥਵਾ ਜਿਹੜੇ ਮੰਨਣ ਯੋਗ ਨੇ, ਪੂਜਣ ਯੋਗ ਨੇ, ਉਹਨਾਂ ਦੇ ਵੀ ਪੂਜ ਤੁਸੀਂ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਰੋਗ ਰੋਗੇ ਨਮਸਤੂ ਸ਼ਨਾਨੇ। ਇਹ ਵਾਹਿਗੁਰੂ, ਤੁਸੀਂ ਰੋਗਾਂ ਦਾ ਵੀ ਰੋਗ ਹੋ, ਇਹਦਾ ਮਤਲਬ ਰੋਗਾਂ ਬਿਮਾਰੀਆਂ ਨੂੰ ਕੱਟਣ ਵਾਲੇ ਹੋ, ਅਤੇ ਨਮਸਤੂ ਸ਼ਨਾਨ ਮਹਾਰਾਜ, ਤੁਸੀਂ ਹੀ ਤੀਰਥ ਯਾਤਰੀ ਹੋ ਕੇ ਤੀਰਥਾਂ 'ਤੇ ਇਸ਼ਨਾਨ ਕਰਨ ਵਾਲੇ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਮੰਤਰ ਮੰਤਰੂ ਨਮੋ ਜੰਤਰ ਜੰਤਰਾਂ। ਇਹ ਵਾਹਿਗੁਰੂ, ਤੁਸੀਂ ਮੰਤਰਾਂ ਦੇ ਵਿੱਚ ਮੰਤਰ ਸ਼ਕਤੀ ਰੂਪ ਹੋ ਕੇ ਵਰਤ ਰਹੇ ਹੋ, ਤੁਹਾਨੂੰ ਨਮਸਕਾਰ ਹੈ। ਅਤੇ ਜਿਹੜੇ ਜੰਤਰ ਨੇ, ਕੋਈ ਲਿਖ ਕੇ ਕੋਈ ਤਬੀਤ ਆਦਿਕ ਪਾਉਂਦੇ ਨੇ ਗਲ ਦੇ ਵਿੱਚ, ਉਹ ਜੰਤਰਾਂ ਦੇ ਵਿੱਚ ਜੰਤਰ ਸ਼ਕਤੀ ਰੂਪ ਹੋ ਕੇ ਤੁਸੀਂ ਵਰਤਦੇ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਇਸ਼ਟ ਇਸ਼ਟ ਨਮੋ ਤੰਤਰ ਤੰਤਰਾਂ। ਇਹ ਵਾਹਿਗੁਰੂ, ਜਿੰਨੇ ਇਸ਼ਟ ਨੇ, ਉਹਨਾਂ ਵਿੱਚ ਸਭ ਤੋਂ ਵੱਡੇ ਇਸ਼ਟ ਪੂਜਨ ਯੋਗ ਤੁਸੀਂ ਹੋ, ਤੁਹਾਨੂੰ ਨਮਸਕਾਰ ਹੈ। ਅਤੇ ਜਿਹੜੇ ਤੰਤਰ ਨੇ, ਇਹਨਾਂ ਦੇ ਜਿਹੜੇ ਅਸਲੀ ਤੰਤਰ ਸਿਧਾਂਤ ਤੁਸੀਂ ਹੋ, ਤੰਤਰਾਂ ਦੇ ਵਿੱਚ ਤੰਤਰ ਦਾ ਸਿਧਾਂਤ ਤੁਸੀਂ ਹੋ ਕੇ ਵਰਤ ਰਹੇ ਹੋ, ਤੁਹਾਨੂੰ ਸਾਡੀ ਨਮਸਕਾਰ ਹੈ। ਸਦਾ ਸੱਚ ਦਾ ਆਨੰਦ ਸਰਬੰ ਪ੍ਰਣਾਸੇ। ਇਹ ਵਾਹਿਗੁਰੂ, ਤੁਸੀਂ ਹਮੇਸ਼ਾ ਲਈ ਸਤ ਚੇਤਨ ਆਨੰਦ ਸਰੂਪ ਹੋ ਅਤੇ ਸਰਬੰ ਪ੍ਰਣਾਸੀ, ਅਤੇ ਸਾਰਿਆਂ ਨੂੰ ਨਾਸ ਕਰਨ ਵਾਲੇ ਹੋ। ਅਨੂਪੇ ਅਰੂਪੇ ਸਮਸਤੁਰ ਨਿਵਾਸੇ। ਅਨੂਪੇ ਉਪਮਾ ਤੋਂ ਰਹਿਤ, ਅਰੂਪੇ ਆਕਾਰ ਤੋਂ ਰਹਿਤ, ਅਤੇ ਸਮਸਤੁਰ ਨਿਵਾਸੀ, ਉਹਦਾ ਅਰਥ ਹੈ ਸੰਪੂਰਨ ਤੌਰ 'ਤੇ ਸਾਰਿਆਂ ਵਿੱਚ ਨਿਵਾਸ ਕਰਨ ਵਾਲੇ ਹੋ। ਸਦਾ ਸੱਚ ਦਾ, ਸਦਾ ਸਿੱਧ ਦਾ, ਬੁੱਧ ਦਾ, ਬ੍ਰਿਤ ਕਰਤਾ। ਇਹ ਵਾਹਿਗੁਰੂ ਜੀ, ਆਪ ਹਮੇਸ਼ਾ ਸਿੱਧ ਦਾ, ਸਿੱਧੀਆਂ ਦੇਣ ਵਾਲੇ ਹੋ, ਅਥਵਾ ਮੁਕਤੀਆਂ ਦੇ ਦੇਣ ਵਾਲੇ ਹੋ, ਸ੍ਰੇਸ਼ਟ ਬੁੱਧੀ ਨੂੰ ਦੇਣ ਵਾਲੇ ਹੋ, ਅਤੇ ਬ੍ਰਿਧ ਕਰਤਾ, ਸਭ ਨੂੰ ਵਡਿਆਈਆਂ ਦੇ ਕੇ ਨਿਵਾਜਣ ਵਾਲੇ ਹੋ, ਵੱਡੇ ਕਰਨ ਵਾਲੇ ਹੋ। ਨਮੋ ਉਰਧ ਅਰਧੰ ਅਗੋਂ ਉਹ ਕਹਤਾ। ਇਹ ਵਾਹਿਗੁਰੂ ਜੀ, ਅਧੋ ਉਰਧ ਅਰਧੰ, ਵੀ ਜਿਹੜੇ ਅਧੋ ਨੀਚੇ, ਉਰਧ ਉੱਚੇ, ਅਤੇ ਅਰਧੰ ਜਿਹੜੇ ਅੱਧ ਵਿਚਕਾਰ ਨੇ, ਇਹ ਤਿੰਨ ਲੋਕ ਨੇ, ਇਹਨਾਂ ਵਿੱਚ ਤੁਸੀਂ ਵਰਤਦੇ ਹੋ, ਅਥਵਾ ਉਤਮ ਮਧਮ ਕਨਿਸ਼ਟ, ਤਿੰਨ ਪ੍ਰਕਾਰ ਦੇ ਜੀਵ ਜੰਤ ਨੇ,
ਇਹਨਾਂ ਵਿੱਚ ਤੁਸੀਂ ਵਰਤ ਰਹੇ ਹੋ ਅਗਨ ਉਗਹਰਤਾ ਉਹ ਸਮੂਹ ਅਗਨ ਪਾਪਾਂ ਨੂੰ ਨਾਸ ਕਰਨ ਵਾਲੇ ਹੋ। ਪਰਮ ਪਰਮ ਪਰਮੇਸ਼ਵਰੋਂ ਪੁਰਸ਼ ਪਾਲੋਂ ਇਹ ਵਾਹਿਗੁਰੂ ਜੀ ਤੁਸੀਂ ਪਰਮ ਪਰਮ ਪਰਮੇਸ਼ਵਰੋਂ ਤੁਸੀਂ ਸਭ ਤੋਂ ਵੱਡੇ ਹੋ ਵੱਡਿਆਂ ਤੋਂ ਵੱਡੇ ਹੋ ਪਰਮ ਈਸ਼ਵਰ ਹੋ ਅਤੇ ਪੁਰਸ਼ ਪਾਲਣ ਗੁਪਤ ਰੂਪ ਹੋ ਕੇ ਸਭ ਦੀ ਪਾਲਣਾ ਪੋਸ਼ਣਾ ਕਰਦੇ ਹੋ। ਸਦਾ ਸਰਵਦਾ ਸਿੱਧ ਦਾਤਾ ਦਿਆਲੋ ਇਹ ਵਾਹਿਗੁਰੂ ਤੁਸੀਂ ਦਿਆਲੂ ਸਰੂਪ ਹੋ ਅਤੇ ਸਰਵਦਾ ਸਰਵਕਾਲ ਹਮੇਸ਼ਾ ਲਈ ਅਤੇ ਤੁਸੀਂ ਸਿੱਧ ਦਾਤਾ ਵੀ ਸਿੱਧੀਆਂ ਦੇ ਦੇਣ ਵਾਲੇ ਹੋ ਰਿਧੀਆਂ ਸਿੱਧੀਆਂ ਦੇ ਦਾਤੇ ਹੋ। ਅਛੇਦੀਆਂ ਭੇਦੀ ਅਨਾਮੂਆ ਕਾਮ ਹੇ ਵਾਹਿਗੁਰੂ ਤੁਸੀਂ ਛੇਦੀ ਕੱਟਣ ਤੋਂ ਰਹਿਤ ਹੋ ਅਭੇਦੀ ਵਿੰਨਣ ਤੋਂ ਰਹਿਤ ਹੋ ਅਤੇ ਨਾਮ ਤੋਂ ਵੀ ਰਹਿਤ ਹੋ ਅਤੇ ਕਾਮਨਾ ਤੋਂ ਵੀ ਮੁਕਤ ਹੋ। ਸਮਸਤੋ ਪਰਾਜੇ ਸਮਸਤਾ ਸਤਿ ਧਾਮ ਸਭ ਨੂੰ ਪੈਦਾ ਕਰਨ ਵਾਲੇ ਹੋ ਅਤੇ ਕੀਤਾ ਪਸਾਓ ਏਕੋ ਕੁਆਓ ਤਿਸਦੇ ਹੋਏ ਲੱਖ ਦਰਿਆਓ ਅਤੇ ਸਮਸਤਾ ਸਤਿ ਧਾਮ ਮਹਾਰਾ ਸਾਰਿਆਂ ਵਿੱਚ ਹੀ ਤੁਹਾਡਾ ਘਰ ਹੈ ਭਾਵ ਜਿੰਨੇ ਜੀਵ ਨੇ ਸਭ ਦੇ ਅੰਦਰ ਤੁਸੀਂ ਬਿਰਾਜਮਾਨ ਹੋ ਅਤੇ ਸਾਰਿਆਂ ਦੇ ਸਾਰਿਆਂ ਵਿੱਚ ਘਰ ਬਣਾ ਕੇ ਨਿਵਾਸ ਕਰਦੇ ਹੋ। ਤੇਰਾ ਜੋਰ ਚਾਚਰੀ ਛੰਦ ਜਲੇ ਹੈ ਗਰੀਬ ਅਨਵਾਸ ਸਤਿਗੁਰੂ ਜੀ ਅੱਗੇ ਚਾਚਰੀ ਛੰਦ ਤੇਰਾ ਜੋਰ ਕਹਿੰਦੇ ਤੇਰੇ ਜੋਰ ਸਦਕਾ ਮੈਂ ਹੁਣ ਚਾਚਰੀ ਛੰਦ ਜਿਹੜਾ ਬਿਜਲੀ ਵਾਂਗੂ ਤੇਜ਼ ਰਫਤਾਰ ਵਾਲਾ ਛੰਦ ਹੈ ਉਹਨੂੰ ਚਾਚਰੀ ਛੰਦ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ ਜਲੇ ਹੈ ਤੁਸੀਂ ਜਲ ਦੇ ਵਿੱਚ ਵੀ ਨਿਵਾਸ ਕਰਦੇ ਹੋ ਥਲੇ ਹੈ ਅਤੇ ਜਿਹੜੀ ਖੁਸ਼ਕ ਥਾਂ ਹੈ ਧਰਤੀ ਪਹਾੜ ਟਿੱਬੇ ਉੱਥੇ ਵੀ ਤੁਸੀਂ ਵੱਸਦੇ ਹੋ। ਅਭੇਦ ਹੈ ਇਹ ਵਾਹਿਗੁਰੂ ਤੁਸੀਂ ਡਰ ਤੋਂ ਰਹਿਤ ਹੋ। ਅਭੇ ਹੈ ਅਤੇ ਭੈ ਤੋਂ ਵੀ ਡਰ ਤੋਂ ਵੀ ਮੁਕਤ ਹੋ। ਪ੍ਰਭੂ ਹੈ ਇਹ ਵਾਹਿਗੁਰੂ ਤੁਸੀਂ ਪ੍ਰਭੂ ਹੈ ਤੁਸੀਂ ਭੂ ਧਰਤੀ ਆਦਿਕ ਤੱਤਾਂ ਤੋਂ ਪਰੇ ਹੋ। ਅਜੋ ਹੈ ਅਤੇ ਤੁਸੀਂ ਅਜੂ ਦਾ ਅਰਥ ਜਨਮ ਤੋਂ ਰਹਿਤ ਹੋ। ਅਦੇਸ਼ ਹੈ ਦੇਸ਼ਾਂ ਤੋਂ ਵੀ ਰਹਿਤ ਹੋ। ਅਪੇਸ਼ ਹੈ ਭੇਸਾਂ ਤੋਂ ਵੀ ਮੁਕਤ ਹੋ ਤੁਹਾਡਾ ਕੋਈ ਇੱਕ ਭੇਸ ਨਹੀਂ ਹੈ। ਭੁਜੰਗ ਪ੍ਰਿਆਤ ਛੰਦ ਤੈ ਪ੍ਰਸਾਦ ਅਗਾਧੇ ਅਬਾਧੇ ਗਰੀਬਨ ਵਾਜ ਨੂੰ ਭੁਜੰਗ ਪ੍ਰਿਆਤ ਛੰਦ ਸੱਪ ਦੀ ਚਾਲ ਵਾਲਾ ਛੰਦ ਉਚਾਰਨ ਕਰਦੇ ਨੇ ਦੇਖਦੇ ਤੇਰੀ ਕਿਰਪਾ ਦੇ ਨਾਲ ਹੁਣ ਮੈਂ ਭੁਜੰਗ ਪ੍ਰਿਆਤ ਛੰਦ ਵਿੱਚ ਤੇਰੀ ਸਿਫਤਸਲਾਹ ਕਰਦਾ ਹਾਂ। ਹੇ ਵਾਹਿਗੁਰੂ ਜੀ ਤੁਸੀਂ ਅਗਾਧੇ ਬਹੁਤ ਗੰਭੀਰ ਹੋ ਗਹਿਰ ਗੰਭੀਰ ਹੋ ਅਤੇ ਅਬਾਧੇ ਤੁਸੀਂ ਨਾਸ ਤੋਂ ਰਹਿਤ ਹੋ। ਆਨੰਦੇ ਸਰੂਪ ਫਿਰ ਤੁਸੀਂ ਆਨੰਦ ਸਰੂਪ ਹੋ ਅੰਧੋ ਅੰਧ ਕਣਾ ਮੈਂ ਸੋ ਪ੍ਰਭ ਡੀਠਾ ਰਾਮ ਤੁਹਾਡੇ ਦਰਸ਼ਨ ਕਰਕੇ ਖੁਸ਼ੀਆਂ ਖੇੜੇ ਪ੍ਰਾਪਤ ਹੁੰਦੇ ਹਨ। ਨਮੋ ਸਰਵਮਾਨੇ ਹੇ ਵਾਹਿਗੁਰੂ ਜੀ ਸਾਰਿਆਂ ਦੇ ਮੰਨਣ ਯੋਗ ਤੇ ਪੂਜਨ ਯੋਗ ਤੁਸੀਂ ਹੋ ਤੁਹਾਨੂੰ ਨਮਸਕਾਰ ਹੈ। ਸਮਸਤੀ ਨਿਧਾਨੇ ਸਾਰੇ ਖਜ਼ਾਨਿਆਂ ਦੇ ਭੰਡਾਰਿਆਂ ਦੇ ਮਾਲਕ ਤੁਸੀਂ ਹੋ। ਨਵਸਤਵੰ ਨਿਰਨਾਥੇ ਵਾਹਿਗੁਰੂ ਤੁਹਾਡਾ ਕੋਈ ਸਵਾਮੀ ਮਾਲਕ ਨਹੀਂ ਹੈ ਤੁਸੀਂ ਸਭ ਦੇ ਮਾਲਕ ਹੋ ਪਰ ਤੁਹਾਡਾ ਮਾਲਕ ਕੋਈ ਨਹੀਂ ਹੈ ਤੁਹਾਨੂੰ ਨਮਸਕਾਰ ਹੈ। ਨਵਸਤਵੰ ਪਰਮਾਥੇ ਹੇ ਵਾਹਿਗੁਰੂ ਜੀ ਤੁਸੀਂ ਸਾਰਿਆਂ ਨੂੰ ਪਰ ਵਿਸ਼ੇਸ਼ ਕਰਕੇ ਮਾਥੇ ਮਲ ਸੁੱਟਣ ਵਾਲੇ ਹੋ ਸਭ ਨੂੰ ਨਾਸ ਕਰਨ ਵਾਲੇ ਤੁਹਾਨੂੰ ਨਮਸਕਾਰ ਹੈ। ਨਵਸਤੂ ਅਗੰਜੇ ਹੇ ਵਾਹਿਗੁਰੂ ਤੁਸੀਂ ਕੱਟੇ ਨਹੀਂ ਜਾ ਸਕਦੇ ਅਥਵਾ ਗੰਜੇ ਨਾਸ ਤੋਂ ਰਹਿਤ ਹੋ। ਨਵਸਤੂ ਅਭੰਜੇ ਤੁਹਾਨੂੰ ਨਮਸਕਾਰ ਹੈ ਅਤੇ ਭੰਜੇ ਤੁਹਾਨੂੰ ਕੋਈ ਤੋੜ ਨਹੀਂ ਸਕਦਾ ਭੰਨ ਨਹੀਂ ਸਕਦਾ। ਨਮਸਤੂ ਅੰਗ ਤੁਸੀਂ ਭੰਨਣ ਤੋਂ ਵੀ ਰਹਿਤ ਹੋ ਤੁਹਾਨੂੰ ਨਮਸਕਾਰ ਹੈ। ਨਵਸਤੂ ਅਕਾਲੇ ਹੇ ਵਾਹਿਗੁਰੂ ਤੁਸੀਂ ਕਾਲ ਤੋਂ ਵੀ ਰਹਿਤ ਹੋ ਤੁਹਾਨੂੰ ਨਮਸਕਾਰ ਹੈ। ਨਵਸਤੂ ਅਪਾਲੇ ਤੁਹਾਡੀ ਪਾਲਣਾ ਕਰਨ ਵਾਲਾ ਵੀ ਕੋਈ ਨਹੀਂ ਹੈ ਤੁਹਾਨੂੰ ਨਮਸਕਾਰ ਹੈ। ਨਮੋ ਸਰਵ ਦੇਸੇ ਤੁਸੀਂ ਸਾਰੇ ਦੇਸ਼ਾਂ ਦੇ ਮਾਲਕ ਹੋ ਅਤੇ ਸਾਰੇ ਦੇਸ਼ਾਂ ਦੇ ਵਿੱਚ ਵਰਤ ਰਹੇ ਹੋ ਤੁਹਾਨੂੰ ਨਮਸਕਾਰ ਹੈ। ਨਮੋ ਸਰਵ ਭੇਸੇ ਸਾਰੇ ਭੇਸਾਂ ਵਿੱਚ ਵੀ ਤੁਸੀਂ ਵਰਤਦੇ ਹੋ ਅਤੇ ਸਾਰੇ ਭੇਸਾਂ ਦੇ ਮਾਲਕ ਵੀ ਤੁਸੀਂ ਹੋ ਤੁਹਾਨੂੰ ਨਮਸਕਾਰ ਹੈ।
ਨਮੋ ਰਾਜ ਰਾਜੇ। ਤੁਸੀਂ ਰਾਜਿਆਂ ਦੇ ਵੀ ਰਾਜੇ ਹੋ, ਤੁਮ ਹੋ ਸਭ ਰਾਜਨ ਕੇ ਰਾਜਾ, ਤੁਹਾਨੂੰ ਨਮਸਕਾਰ ਹੈ। ਨਮੋ ਸਾਜ ਸਾਜੇ, ਤੁਸੀਂ ਸਭ ਤਰ੍ਹਾਂ ਦੇ ਸਾਜ ਬਾਜ ਠਾਠ ਬਾਠ ਬਣਾਉਣ ਵਾਲੇ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਸਾਹ ਸਾਹੇ, ਤੁਸੀਂ ਸ਼ਾਹਾਂ ਦੇ ਸ਼ਾਹ ਧਨਾਡਾਂ ਦੇ ਧਨਾਡ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਮਹਾ ਮਾਹੇ, ਮਹਾ ਚੰਦਰਮਾ ਦੇ ਵਿੱਚ ਵੀ ਤੁਸੀਂ ਚਾਂਦਨੀ ਰੂਪ ਹੋ ਕੇ ਵਰਤ ਰਹੇ ਹੋ, ਤੁਹਾਨੂੰ ਨਮਸਕਾਰ ਹੈ। ਅਥਵਾ ਮਾਹ ਮਹੀਨੇ ਨੂੰ ਵੀ ਕਹਿੰਦੇ ਨੇ, ਸਾਲ ਦੇ 12 ਮਹੀਨੇ ਹੁੰਦੇ ਨੇ, ਸਾਰੇ ਮਹੀਨਿਆਂ ਵਿੱਚ ਵੀ ਤੁਸੀਂ ਵਰਤ ਰਹੇ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਗੀਤ ਕੀਤੇ, ਗੀਤਾਂ ਦੇ ਗੀਤ ਭਾਵ ਸਭ ਤੋਂ ਉੱਤਮ ਗੀਤ ਗੁਰਬਾਣੀ ਦੇ, ਨਾਨਕ ਭੌਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ, ਇਹ ਗੁਰਬਾਣੀ ਦੇ ਗੀਤ ਗੀਤਾਂ ਤੋਂ ਸਭ ਤੋਂ ਉੱਤਮ ਗੀਤ ਨੇ ਤੁਹਾਡੇ, ਤੁਹਾਨੂੰ ਨਮਸਕਾਰ ਹੈ। ਨਮੋ ਪ੍ਰੀਤ ਪ੍ਰੀਤੇ, ਇਹ ਵਾਹਿਗੁਰੂ ਸਾਰੀਆਂ ਮੁਹੱਬਤਾਂ ਵਿੱਚੋਂ ਤੁਹਾਡੀ ਪ੍ਰੀਤ ਹੀ ਸਭ ਤੋਂ ਵੱਡੀ ਹੈ, ਇਸ ਲਈ ਤੁਹਾਨੂੰ ਨਮਸਕਾਰ ਹੈ। ਤੁਸੀਂ ਪਿਆਰਿਆਂ ਦੇ ਪਿਆਰੇ ਹੋ, ਪ੍ਰੀਤਮਾ ਦੇ ਪ੍ਰੀਤਮ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਰੋਖ ਰੋਖੇ, ਇਹ ਵਾਹਿਗੁਰੂ ਤੁਸੀਂ ਜਿਹੜੇ ਰੋਹ ਗੁੱਸੇ ਵਾਲੇ ਨੇ, ਅਤੇ ਜਿਹੜੇ ਗੁੱਸੇ ਵਾਲਿਆਂ ਨੂੰ ਉਹਨਾਂ ਨੂੰ ਗੁੱਸੇ ਵਾਲੇ ਹੋ ਕੇ ਟੱਕਰਦੇ ਹੋ ਅਤੇ ਉਹਨਾਂ ਦਾ ਹੰਕਾਰ ਤੋੜਦੇ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਸੁਖ ਸੁਖੇ, ਇਹ ਵਾਹਿਗੁਰੂ ਜਿਹੜੇ ਤੁਸੀਂ ਜਿਹੜੇ ਕੋਈ ਜਲ ਦੇ ਸਰੋਤ ਨੇ ਅਤੇ ਉਹਨਾਂ ਨੂੰ ਆਪ ਹੀ ਸੁਕਾਉਣ ਵਾਲੇ ਹੋ, ਅਤੇ ਉਹਨਾਂ ਨੂੰ ਜਿਹੜੇ ਕੋਈ ਜਿਵੇਂ ਹੁਣ ਗਰਮੀ ਦੀ ਰੁੱਤ ਵਿੱਚ ਪਾਣੀ ਦੇ ਸਰੋਤ ਸੁੱਕਦੇ ਨੇ, ਤੁਸੀਂ ਉਹਨਾਂ ਨੂੰ ਪਾਣੀ ਦੇ ਜਿਹੜੇ ਸਰੋਤ ਨੇ, ਦਰਿਆ ਨੇ, ਸਮੁੰਦਰ ਨੇ, ਉਹਨਾਂ ਨੂੰ ਵੀ ਸੁਕਾਉਣ ਵਾਲੇ, ਤੁਹਾਨੂੰ ਨਮਸਕਾਰ ਹੈ। ਨਮੋ ਸਰਵ ਰੋਗੇ, ਇਹ ਵਾਹਿਗੁਰੂ ਸਾਰੇ ਰੋਗਾਂ ਨੂੰ ਪੈਦਾ ਕਰਨ ਵਾਲੇ, ਸਾਰੇ ਰੋਗਾਂ ਨੂੰ ਲਾਉਣ ਵਾਲੇ, ਸਾਰੇ ਰੋਗਾਂ ਨੂੰ ਨਾਸ ਕਰਨ ਵਾਲੇ ਵੀ ਤੁਸੀਂ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਸਰਵ ਭੋਗੇ, ਸਾਰੇ ਪਦਾਰਥਾਂ ਦੇ ਵਿੱਚ ਵੀ ਤੁਸੀਂ ਵਰਤ ਰਹੇ ਹੋ ਅਤੇ ਜਿਨ੍ਹਾਂ ਤੋਂ ਅੱਗੇ ਰੋਗ ਪੈਦਾ ਹੁੰਦੇ ਨੇ, ਅਤੇ ਤੁਹਾਨੂੰ ਸਾਡੀ ਨਮਸਕਾਰ ਹੈ। ਨਮੋ ਸਰਵ ਜੀਤੰ, ਤੁਸੀਂ ਸਾਰਿਆਂ ਨੂੰ ਜਿੱਤਣ ਵਾਲੇ ਹੋ ਪਰ ਤੁਹਾਨੂੰ ਕੋਈ ਨਹੀਂ ਜਿੱਤ ਸਕਦਾ, ਤੁਹਾਨੂੰ ਨਮਸਕਾਰ ਹੈ। ਨਮੋ ਸਰਵ ਪੀਤੰ, ਇਹ ਵਾਹਿਗੁਰੂ ਤੁਸੀਂ ਸਾਰਿਆਂ ਨੂੰ ਡਰਾਉਂਦੇ ਹੋ ਪਰ ਕਿਸੇ ਤੋਂ ਨਹੀਂ ਡਰਦੇ, ਨਿਰਭਉ ਸਰੂਪ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਸਰਵ ਗਿਆਨੰ, ਇਹ ਵਾਹਿਗੁਰੂ ਤੁਸੀਂ ਸਾਰੇ ਗਿਆਨਾਂ ਦੇ ਗੇ ਉਦੇਸ਼ ਅਤੇ ਨਿਸ਼ਾਨਾ ਰੂਪ ਹੋ, ਤੁਸੀਂ ਸਾਰੇ ਗਿਆਨਾਂ ਦੇ ਭੰਡਾਰ ਹੋ। ਨਮੋ ਪਰਮ ਤਨ, ਤੇ ਤੁਸੀਂ ਮਹਾਰਾਜ ਸਾਰੋਂ ਤੋਂ ਤਨ ਵੱਡੇ ਬਲ ਵਾਲੇ ਹੋ। ਨਮੋ ਸਰਵ ਮੰਤਰੰ, ਸਾਰੇ ਮੰਤਰਾਂ ਵਿੱਚੋਂ ਸ਼੍ਰੋਮਣੀ ਮੰਤਰ ਤੁਹਾਡਾ ਗੁਰ ਮੰਤਰ ਹੈ, ਮੂਲ ਮੰਤਰ ਹੈ, ਇਸ ਲਈ ਤੁਹਾਨੂੰ ਨਮਸਕਾਰ ਹੈ। ਨਮੋ ਸਰਵ ਜੰਤਰੰ, ਸਾਰੇ ਜੰਤਰਾਂ ਵਿੱਚੋਂ ਜਿਹੜਾ ਗੁਰਮਤ ਦਾ ਜੰਤਰ ਹੈ, ਭਾਵ ਜੋ ਗੁਰਮਤ ਦੇ ਕੋਈ ਅੱਖਰ ਨੇ, ਗੁਰਬਾਣੀ ਦੇ ਅੱਖਰ ਨੇ, ਸਭ ਜੰਤਰਾਂ ਵਿੱਚੋਂ ਸ਼੍ਰੋਮਣੀ ਜੰਤਰ ਨੇ, ਤੁਹਾਨੂੰ ਨਮਸਕਾਰ ਹੈ। ਨਮੋ ਸਰਵ ਦ੍ਰਿਸ਼ਮ, ਇਹ ਵਾਹਿਗੁਰੂ ਜਿੰਨੇ ਵੀ ਦ੍ਰਿਸ਼ਮਾਨ ਆਕਾਰ ਨੇ ਤੁਸੀਂ ਸਾਰਿਆਂ ਵਿੱਚ ਵਰਤ ਰਹੇ ਹੋ। ਨਮੋ ਸਰਵ ਕ੍ਰਿਸ਼ਮ, ਇਹ ਵਾਹਿਗੁਰੂ ਜਿੰਨੇ ਵੀ ਕ੍ਰਿਸ਼ਮ ਦਾ ਅਰਥ ਹੈ ਕਮਜ਼ੋਰ ਨੇ, ਜਿਨ੍ਹਾਂ ਦੇ ਸਰੀਰ ਬਹੁਤੇ ਨਿਰਬਲ ਹੋਣ, ਉਹਨਾਂ ਨੂੰ ਕ੍ਰਿਸ਼ ਕਹਿੰਦੇ ਨੇ, ਉਹਨਾਂ ਸਾਰਿਆਂ ਨੂੰ ਪੈਦਾ ਕਰਨ ਵਾਲੇ, ਉਹਨਾਂ ਵਿੱਚ ਵਰਤਣ ਵਾਲੇ ਵੀ ਤੁਸੀਂ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਸਰਵ ਰੋਗੇ ਰੰਗੇ, ਗਰੀਬਨ ਵਾਲ ਸਤਿਗੁਰ, ਸਾਰੇ ਰੰਗਾਂ ਦੇ ਵਿੱਚ ਵੀ ਜਿੰਨੇ ਕਾਲੇ ਪੀਲੇ ਰੰਗ ਨੇ, ਇਹਨਾਂ ਵਿੱਚ ਵੀ ਤੁਸੀਂ ਵਰਤਣ ਵਾਲੇ ਹੋ, ਤੁਹਾਨੂੰ ਨਮਸਕਾਰ ਹੈ। ਭੰਗੇ ਅਨੰਗੇ, ਤਿੰਨੇ ਲੋਕਾਂ ਨੂੰ ਨਾਸ ਕਰਨ ਵਾਲੇ, ਤਿੰਨੇ ਦੇਵਤਿਆਂ ਨੂੰ ਨਾਸ ਕਰਨ ਵਾਲੇ ਅਤੇ ਅਨੰਗੇ ਸਰੀਰ ਤੋਂ ਰਹਿਤ ਹੋ। ਨਮੋ ਜੀਵ ਜੀਵੰ, ਹੇ ਵਾਹਿਗੁਰੂ ਜੀਵਾਂ ਦੇ ਵਿੱਚ ਜਿਹੜੀ ਜੀਵ ਸ਼ਕਤੀ ਹੈ, ਉਹ ਤੁਸੀਂ ਹੋ ਰਹੇ ਹੋ, ਜੀਵਾਂ ਦੇ ਵਿੱਚ ਜੀਵਨ ਸ਼ਕਤੀ ਰੂਪ ਹੋ ਕੇ ਤੁਸੀਂ ਵਰਤ ਰਹੇ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਬੀਜ ਬੀਜੇ, ਬੀਜਾਂ ਦਾ ਬੀਜ ਕਾਰਨ ਰੂਪ ਤੁਸੀਂ ਹੋ, ਤੁਹਾਨੂੰ ਨਮਸਕਾਰ ਹੈ। ਖਿਜੇ ਅਭਿਜੇ, ਇਹ ਵਾਹਿਗੁਰੂ ਤੁਸੀਂ ਕਦੀ ਖਿਜਦੇ ਨਹੀਂ, ਤੁਹਾਨੂੰ ਗੁੱਸਾ ਨਹੀਂ ਆਉਂਦਾ,
ਇਹ ਭਿੱਜੇ ਕਿਤੇ ਭਿੱਜਦੇ ਵੀ ਨਹੀਂ, ਇਹਦਾ ਮਤਲਬ ਮੂੰਹ ਮਾਇਆ ਦੇ ਪਾਣੀ ਵਿੱਚ ਕਦੇ ਤੁਹਾਡੇ ਤੇ ਮਨ ਤੇ ਅਸਰ ਨਹੀਂ ਹੋ ਸਕਦਾ। ਵਸਤੂ ਪ੍ਰਸਿੱਜੇ, ਸਾਰਿਆਂ ਤੇ ਪ੍ਰਸਿੱਜੇ ਦਾ ਅਰਥ ਹੈ ਪ੍ਰਸੰਨ ਹੋਣ ਵਾਲੇ ਹੋ। ਕਿਰਪਾਲੂ ਸਰੂਪੇ, ਕਿਰਪਾ ਦੇ ਘਰ ਕਿਰਪਾਲੂ ਸਰੂਪ ਹੋ। ਕੁਕਰਮੂ ਪ੍ਰਣਾਸੇ, ਖੋਟੇ ਕਰਮਾਂ ਨੂੰ ਨਾਸ਼ ਕਰਨ ਵਾਲੇ ਹੋ। ਸਦਾ ਸਰਬਦਾ, ਸਦਾ ਸਰਬਦਾ ਤੇ ਸਰਬਦਾ ਸਰਬ ਕਾਲ ਹਮੇਸ਼ਾ ਲਈ। ਰਿੱਧ ਸਿੱਧੋਂ ਨਿਵਾਸੇ, ਰਿੱਧੀਆਂ ਸਿੱਧੀਆਂ ਦੇ ਵਿੱਚ ਨਿਵਾਸ ਕਰਦੇ ਹੋ। ਭਾਵ ਰਿੱਧੀਆਂ ਸਿੱਧੀਆਂ ਸਭ ਤੁਹਾਡੀ ਆਗਿਆ ਦੇ ਵਿੱਚ ਚੱਲ ਰਹੀਆਂ ਨੇ ਤੇ ਸਾਰੀਆਂ ਤੁਹਾਡੇ ਅਧੀਨ ਹਨ। ਚਰਪਟ ਸੰਤ ਪ੍ਰਸਾਦ ਅੰਮ੍ਰਿਤ ਕਰਮੇ, ਲਓ ਹੁਣ ਅੱਗੇ ਚਰਪਟ ਸੰਤ, ਚਰਪਟ ਦਾ ਅਰਥ ਹੁੰਦਾ ਜਿਹੜਾ ਤੇਜ਼ੀ ਨਾਲ ਪੜ੍ਹਿਆ ਜਾਵੇ, ਛੇਤੀ ਪੜ੍ਹਿਆ ਜਾਵੇ, ਜਿਹਦੀ ਚਾਲ ਤੇਜ਼ ਹੋਵੇ, ਉਹਨੂੰ ਚਰਪਟ ਸੰਤ ਕਹਿੰਦੇ ਨੇ। ਤੇਰੀ ਕਿਰਪਾ ਦੇ ਨਾਲ ਹੁਣ ਚਰਪਟ ਸੰਦ ਅੱਗੇ ਉਚਾਰਨ ਕਰਦੇ ਹਾਂ। ਅੰਮ੍ਰਿਤ ਕਰਮੇ, ਹੇ ਵਾਹਿਗੁਰੂ, ਜਿਹੜੇ ਤੇਰੇ ਕਰਮੇ ਦਾ ਅਰਥ ਹੈ ਕਰਮ ਨੇ, ਕਰਤਵ ਨੇ, ਉਹ ਅੰਮ੍ਰਿਤ ਰੂਪ ਅਵਨਾਸ਼ੀ ਨੇ, ਮੌਤ ਤੋਂ ਰਹਿਤ ਨੇ, ਅਟਲ ਨੇ। ਅਥਵਾ ਅੰਮ੍ਰਿਤ ਕਰਮੇ, ਜਿਹੜੇ ਤੁਹਾਡੇ ਪਰਉਪਕਾਰ ਦੇ ਕਰਮ ਨੇ, ਅੰਮ੍ਰਿਤ ਰੂਪ ਬੜੇ ਮਿੱਠੇ ਸੁਹਾਵਣੇ ਹਨ। ਅੰਮ੍ਰਿਤ ਧਰਮੇ, ਹੇ ਵਾਹਿਗੁਰੂ, ਜਿਹੜੇ ਤੁਹਾਡੇ ਧਰਮ ਨੇ, ਤਜ ਸਭ ਪਰਮ ਭਜੋ ਪਾਰ ਬ੍ਰਹਮ ਕਉ ਨਾਨਕ ਅਟਲ ਇਹੋ ਧਰਮ, ਅਥਵਾ ਧਰਮਿਆਂ ਤੋਂ ਭਾਵ ਜਿਹੜੇ ਕੁਦਰਤ ਦੇ ਕਾਨੂੰਨ ਬਣਾਏ ਹੋਏ ਨੇ, ਉਹ ਵੀ ਤੁਹਾਡੇ ਅੰਮ੍ਰਿਤ ਬੇਰੋਕ ਨੇ, ਉਹਨਾਂ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦਾ, ਤੁਹਾਡੇ ਕਾਨੂੰਨਾਂ ਨੂੰ ਬਦਲ ਨਹੀਂ ਸਕਦਾ। ਅਖੰਡ ਧਰਮ ਦੇ ਮਾਲਕ ਹੋ। ਅਖਲ ਜੋਗੇ, ਹੇ ਵਾਹਿਗੁਰੂ, ਸਮੂਹ ਯੋਗਾਂ, ਸਮੂਹ ਜਿਹੜੇ ਯੋਗ ਦੁਨੀਆਂ ਦੇ ਵਿੱਚ ਕਰਨ ਵਾਲੇ ਲੋਕ ਨੇ, ਉਹਨਾਂ ਯੋਗਾਂ ਦੇ ਵਿੱਚ ਯੋਗ ਸ਼ਕਤੀ ਰੂਪ ਹੋ ਕੇ ਤੁਸੀਂ ਸਾਰਿਆਂ ਵਿੱਚ ਵਰਤ ਰਹੇ ਹੋ। ਅਚਲ ਭੋਗੇ, ਤੁਹਾਡੇ ਜਿਹੜੇ ਭੋਗੇ ਪਦਾਰਥ ਨੇ, ਉਹ ਵੀ ਹਮੇਸ਼ਾ ਅਚਲ ਰਹਿੰਦੇ ਨੇ, ਤੁਹਾਡਾ ਯੋਗ ਵੀ ਹਮੇਸ਼ਾ ਲਈ ਅਟਲ ਹੈ ਅਤੇ ਤੁਹਾਡੇ ਜਿਹੜੇ ਪਦਾਰਥ ਨੇ ਉਹ ਵੀ ਅਚਲ ਹਨ। ਅਚਲ ਰਾਜੇ, ਤੁਸੀਂ ਅਚਲ ਰਾਜ ਦੇ ਮਾਲਕ ਹੋ, ਭਾਵ ਤੁਹਾਡੇ ਰਾਜ ਨੂੰ ਕਦੀ ਖਤਰਾ ਨਹੀਂ ਹੁੰਦਾ। ਅਟਲ ਸਾਜੇ, ਤੁਹਾਡਾ ਜਿਹੜਾ ਸਾਜੋ ਸਮਾਨ ਹੈ, ਮਾਲ ਸੁਭਾਵ ਹੈ, ਧਨ ਦੌਲਤ ਹੈ, ਉਹ ਵੀ ਹਮੇਸ਼ਾ ਅਟਲ ਰਹਿਣ ਵਾਲੀ ਹੈ। ਅਖਲ ਧਰਮ, ਸਮੂਹ ਧਰਮਾਂ ਦੇ ਤੁਸੀਂ ਮਾਲਕ ਹੋ। ਅਲੱਖ ਕਰਮ, ਤੁਹਾਡੇ ਜਿਹੜੇ ਕਰਮ ਨੇ ਲੱਖ ਲਖੇ ਨਹੀਂ ਜਾ ਸਕਦੇ, ਬੁੱਧੀ ਕਰਕੇ ਅਲੱਖ ਹਨ। ਸਰਵੋਂ ਦਾਤਾ, ਤੁਸੀਂ ਸਾਰਿਆਂ ਨੂੰ ਦਾਤਾਂ ਬਖਸ਼ਣ ਵਾਲੇ ਦਾਤਾਰ ਹੋ। ਸਰਵੋਂ ਗਿਆਤਾ, ਸਾਰਿਆਂ ਦੇ ਅੰਦਰ ਦੀ ਗੱਲ ਨੂੰ ਸਮਝਣ ਵਾਲੇ ਸਰਬਕਤਾ ਦੇ ਮਾਲਕ ਹੋ। ਸਰਵੋਂ ਬਹਾਨੇ, ਤੇ ਸਾਰਿਆਂ ਨੂੰ ਹੀ ਬਹਾਨੇ ਦਾ ਅਰਥ ਹੈ ਪ੍ਰਕਾਸ਼ਨ ਵਾਲੇ ਹੋ, ਅਥਵਾ ਸਰਬੰਗ ਭਾਨੇ ਤੇ ਸਾਰਿਆਂ ਨੂੰ ਭਾਨੇ ਭਾਉਣ ਵਾਲੇ ਹੋ। ਸਰਬੰਗ ਮਾਨੇ, ਤੇ ਸਾਰਿਆਂ ਕਰਕੇ ਮੰਨਣ ਯੋਗ ਹੋ, ਪੂਜਨ ਯੋਗ ਹੋ ਤੇ ਸਾਰਿਆਂ ਦਾ ਮਾਣ ਵੀ ਹੋ। ਸਰਬੰਗ ਪ੍ਰਾਣ, ਹੇ ਵਾਹਿਗੁਰੂ, ਸਾਰਿਆਂ ਦੇ ਪ੍ਰਾਣ ਰੂਪ ਸਵਾਸ ਰੂਪ ਵੀ ਤੁਸੀਂ ਹੋ। ਸਰਬੰਗ ਤ੍ਰਾਣ, ਤੇ ਸਾਰਿਆਂ ਦੀ ਤ੍ਰਾਣ ਰੱਖਿਆ ਕਰਨ ਵਾਲੇ ਵੀ ਤੁਸੀਂ ਹੋ। ਤ੍ਰਾਣ ਸੰਜੋ ਨੂੰ ਕਹਿੰਦੇ ਨੇ, ਜਿਵੇਂ ਸੰਜੋ ਸਾਡੇ ਤਨ ਦੀ ਰੱਖਿਆ ਕਰਦੀ ਹੈ, ਤੇ ਤੁਸੀਂ ਮਹਾਰਾਜ ਸਾਰਿਆਂ ਦੇ ਸਰੀਰ ਦੀ ਵੀ ਤੇ ਰੂਹ ਦੀ ਵੀ, ਆਤਮਾ ਦੀ ਵੀ ਰੱਖਿਆ ਕਰਨ ਵਾਲੇ ਹੋ। ਸਰਬੰ ਭੋਗਤਾ, ਸਾਰੇ ਪਦਾਰਥਾਂ ਨੂੰ ਭੋਗਣ ਵਾਲੇ ਵੀ ਤੁਸੀਂ ਹੋ, ਭਾਵ ਜਿੰਨੇ ਭੋਗੀ ਨੇ ਉਹਨਾਂ ਵਿੱਚ ਵੀ ਤੁਸੀਂ ਵਰਤ ਰਹੇ ਹੋ। ਸਰਬੰ ਜੋਗਤਾ, ਤੇ ਸਾਰਿਆਂ ਵਿੱਚ ਤੁਸੀਂ ਜੁੜਨ ਵਾਲੇ ਹੋ, ਪਦਾਰਥ ਛਕਣ ਵਾਲਿਆਂ ਵਿੱਚ ਵੀ ਤੇ ਯੋਗ ਵਿੱਚ ਜੁੜਨ ਵਾਲਿਆਂ ਵਿੱਚ ਵੀ, ਤੇ ਜੋਗਤੀ ਰੂਪ ਹੋ ਕੇ ਤੁਸੀਂ ਵਰਤ ਰਹੇ ਹੋ। ਸਰਬੰ ਦੇਵੰ, ਤੇ ਸਾਰਿਆਂ ਦੇ ਦੇਵੰ ਪ੍ਰਕਾਸ਼ਕ ਹੋ, ਅਥਵਾ ਸਾਰਿਆਂ ਦੇ ਪੂਜਨ ਯੋਗ ਹੋ। ਸਰਬੰ ਵਿਹਵੰ, ਤੇ ਸਾਰਿਆਂ ਦੇ ਭੇਤ ਨੂੰ ਤੁਸੀਂ ਜਾਣਦੇ ਹੋ, ਕੋਈ ਕਿਤੇ ਬੈਠਾ ਹੈ, ਸਭ ਦਾ ਤੁਹਾਨੂੰ ਗਿਆਨ ਹੈ। ਸਰਬੰ ਕਾਲੇ, ਤੇ ਸਾਰੇ ਕਾਲ ਜਿਹੜੇ ਨੇ, ਭੂਤ ਭਵਿੱਖ ਵਰਤਮਾਨ, ਸਾਰੇ ਕਾਲਾਂ ਵਿੱਚ ਤੁਸੀਂ ਹੀ ਜਾਣਨਹਾਰ ਹੋ,
ਤੇ ਤੁਸੀਂ ਸਾਰੇ ਕਾਲਾਂ ਵਿੱਚ ਵਰਤਣ ਵਾਲੇ ਹੋ, ਸਰਬੋਂ ਪਾਲੇ ਤੇ ਸਾਰਿਆਂ ਦੀ ਪਾਲਣਾ ਪੋਸ਼ਣਾ ਕਰਨ ਵਾਲੇ ਵੀ ਸੱਚੇ ਪਾਤਸ਼ਾਹ ਤੁਸੀਂ ਹੋ। ਰੂਆਲ ਸ਼ੰਤ ਹੈ ਪ੍ਰਸਾਦ ਆਦਿ ਰੂਪ ਅਨਾਦ ਮੂਰਤ। ਗਰੀਬਨ ਵਾਜ ਹੋਣਗੇ ਰੂਆਲ ਸ਼ੰਤ, ਸ਼ੰਤ ਦਾ ਨਾਮ ਹੈ ਰੂਆਲ, ਇੱਕ ਰੂਆਲ ਸਾਹਿਬ ਤੀਰਥ ਹੈ, ਇਹ ਜਿਹੜੇ ਜੱਛ ਲੋਕ ਨੇ ਉਹਨਾਂ ਦਾ ਇੱਕ ਉਹ ਰਾਜਾ ਹੈ ਰੂਆਲ ਜਿਹਨੂੰ ਕਹਿੰਦੇ ਨੇ, ਵੀ ਉਹਦੇ ਨਾਂ 'ਤੇ ਛੰਦ ਗੁਰੂ ਮਹਾਰਾਜ ਨੇ ਉਚਾਰਨ ਕੀਤਾ, ਤੋਹ ਪ੍ਰਸਾਦ ਤੇਰੀ ਕਿਰਪਾ ਦੇ ਨਾਲ ਰੂਆਲ ਛੰਦ ਵਿੱਚ ਤੇਰੀ ਉਸਤ ਕਰ ਰਹੇ ਹਾਂ। ਆਦਿ ਰੂਪ ਅਨਾਦ ਮੂਰਤ, ਹੇ ਵਾਹਿਗੁਰੂ ਤੂੰ ਆਦਿ ਰੂਪ, ਸਭ ਤੋਂ ਪਹਿਲਾਂ ਤੇਰਾ ਸਰੂਪ ਸੀ ਅਤੇ ਅਨਾਦ, ਕੋਈ ਤੇਰੀ ਪੈਦਾਇਸ਼ ਨਹੀਂ ਕਰ ਸਕਦਾ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੂੰ ਆਦਿ ਰੂਪ ਹੈ, ਕਾਰਨ ਰੂਪ ਹੈ ਅਤੇ ਅਨਾਦ ਮੂਰਤ, ਤੇਰੀ ਜਿਹੜੀ ਮੂਰਤ ਹਸਤੀ ਹੈ, ਤੇਰਾ ਸਰੂਪ ਹੈ, ਉਹ ਪੈਦਾਇਸ਼ ਤੋਂ ਰਹਿਤ ਹੈ। ਅਜੋਨ ਪੁਰਖ ਅਪਾਰ, ਫਿਰ ਤੂੰ ਅਜੋਨ ਦਾ ਅਰਥ ਹੈ ਜੂਨਾਂ ਵਿੱਚ ਨਹੀਂ ਆਉਂਦਾ, ਗਰਭ ਜੂਨੀ ਵਿੱਚ ਵੀ ਨਹੀਂ ਆਉਂਦਾ, 84 ਲੱਖ ਜੂਨਾਂ ਤੋਂ ਵੀ ਰਹਿਤ ਹੈ ਅਤੇ ਪੁਰਖ ਸਰਵ ਵਿਆਪਕ ਅਤੇ ਅਪਾਰ ਪਾਰਾਵਾਰ ਤੋਂ ਰਹਿਤ ਹੈ। ਸਰਮਾਨ ਤਰਮਾਨ ਦੇਵ, ਅਤੇ ਸਾਰਿਆਂ ਦਾ ਮਾਣ ਹੈ, ਸਾਰਿਆਂ ਦਾ ਫਖਰ ਹੈ, ਸਾਰਿਆਂ ਦਾ ਗੌਰਵ ਹੈ ਅਤੇ ਸਾਰਿਆਂ ਦਾ ਪੂਜਣ ਯੋਗ ਹੈ। ਤਰਮਾਨ ਦੇਵ, ਜਿਹੜੇ ਤਿੰਨ ਦੇਵਤੇ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਅਤੇ ਉਹਨਾਂ ਦੇ ਵੀ ਮੰਨਣ ਯੋਗ ਹੈ, ਪੂਜਨ ਯੋਗ ਹੈ, ਦੇਵਤੇ ਵੀ ਤੇਰੀ ਸੇਵਾ ਟਹਿਲ ਭਗਤੀ ਕਰਦੇ ਹਨ। ਦੇਵ ਆਦਿ ਉਦਾਰ, ਇਹ ਵਾਹਿਗੁਰੂ ਅਪੇਵ, ਤੇਰਾ ਕੋਈ ਭੇਤ ਨਹੀਂ ਜਾਣ ਸਕਦਾ, ਅਤੇ ਆਦਿ ਉਦਾਰ, ਆ ਤੁਸੀਂ ਕਾਰਨ ਰੂਪ ਹੋ ਅਤੇ ਉਦਾਰ ਦਿਲ ਦੇ ਸਖੀ ਹੋ, ਅਤੇ ਉਦਾਰ ਤੁਸੀਂ ਬੜੇ ਦਿਲ ਦੇ ਉਦਾਰ, ਬੜੇ ਫਰਾਕ ਦਿਲ ਹੋ। ਸਰਬ ਪਾਲਕ ਸਰਬ ਕਹਲਕ, ਇਹ ਵਾਹਿਗੁਰੂ ਜੀ ਸਾਰਿਆਂ ਦੇ ਪਾਲਕ ਪਾਲਣਹਾਰ ਵੀ ਤੁਸੀਂ ਹੋ ਅਤੇ ਸਭ ਨੂੰ ਕਾਲਕ ਨਾਸ ਕਰਨ ਵਾਲੇ ਵੀ ਤੁਸੀਂ ਹੋ। ਸਰਬ ਕੋ ਪਉਣ ਕਾਲ, ਸਾਰਿਆਂ ਦਾ ਕਾਲ ਰੂਪ ਵੀ ਤੁਸੀਂ ਹੋ, ਪਾਲਣਾ ਵੀ ਤੁਸੀਂ ਕਰਦੇ ਹੋ, ਨਾਸ ਵੀ ਤੁਸੀਂ ਕਰਦੇ ਹੋ, ਫਿਰ ਸਰਬਨਾਸ਼ ਵੀ ਤੁਸੀਂ ਕਰਦੇ ਹੋ। ਜਿੱਤਰ ਤਿੱਤਰ ਬਰਾਜ, ਹੇ ਵਾਹਿਗੁਰੂ ਜਿੱਥੇ ਕਿੱਥੇ ਜਿੱਥੇ ਵੀ ਅਸੀਂ ਦੇਖਦੇ ਹਾਂ ਉੱਥੇ ਤੁਸੀਂ ਬਰਾਜਦੇ ਹੋ, ਜੱਤਰ ਤੱਤਰ ਦਿਸ਼ਾ ਵਿਸ਼ਾ ਹੋਏ ਫੈਲੇ ਹੋ, ਅਨਰਾਗ ਜਿੱਥੇ ਕਿੱਥੇ ਵੀ ਅਸੀਂ ਵੇਖਦੇ ਹਾਂ ਉੱਥੇ ਤੁਸੀਂ ਬਰਾਜਦੇ ਹੋ। ਅਵਧੂਤ ਰੂਪ ਰਸਾਲ, ਤੁਹਾਡਾ ਜਿਹੜਾ ਰੂਪ ਰਸਾਲ ਦਾ ਅਰਥ ਬਹੁਤ ਸੁੰਦਰ ਹੈ ਅਤੇ ਅਵਧੂਤ ਬੜਾ ਪਵਿੱਤਰ ਹੈ, ਅਵਧੂਤ ਦਾ ਅਰਥ ਹੈ ਪਵਿੱਤਰ ਅਤੇ ਰਸਾਲ ਦਾ ਅਰਥ ਸੁੰਦਰ ਰੂਪ ਹੈ। ਨਾਮ ਠਾਵਨਾ ਜਾਜਾ ਕਰ, ਇਹ ਵਾਹਿਗੁਰੂ ਜਿਸ ਦਾ ਨਾਮ ਤੇ ਥਾਂ ਵੀ ਕੋਈ ਨਹੀਂ ਜਾਣ ਸਕਦਾ, ਕੋਈ ਇਹ ਨਹੀਂ ਕਹਿ ਸਕਦਾ ਅਸਲੀ ਪਰਮੇਸ਼ਰ ਦਾ ਨਾਮ ਕਿਹੜਾ ਹੈ ਅਤੇ ਉਹਦਾ ਟਿਕਾਣਾ ਕਿੱਥੇ ਹੈ। ਰੂਪ ਰੰਗ ਨਾ ਰੇਖ, ਨਾ ਹੀ ਤੇਰਾ ਕੋਈ ਰੂਪ ਆਕਾਰ ਹੈ ਅਤੇ ਨਾ ਹੀ ਤੇਰਾ ਕੋਈ ਕਾਲਾ ਪੀਲਾ ਰੰਗ ਹੈ ਅਤੇ ਨਾ ਹੀ ਕੋਈ ਮਸ਼ਕਾਸ਼ਾਦਕ ਰੇਖਾ ਹੀ ਹੈ। ਆਦਿ ਪੁਰਖ ਉਦਾਰ ਮੂਰਤ, ਆਦਿ ਕਾਰਨ ਸਰੂਪ ਹੈ, ਪੁਰਖ ਵਿਆਪਕ ਸਰੂਪ ਹੈ ਅਤੇ ਉਦਾਰ ਮੂਰਤ ਬੜੇ ਸੋਹਣੇ ਸਰੂਪ ਵਾਲਾ ਹੈ, ਅਥਵਾ ਉਦਾਰ ਦਾ ਅਰਥ ਹੈ ਦਿਲ ਦਾ ਸਖੀ ਅਤੇ ਮੂਰਤ ਤੇਰਾ ਜਿਹੜਾ ਸਰੂਪ ਹੈ ਉਹ ਅਮੂਰਤ, ਉਹ ਸ਼ਕਲਾਂ ਤੋਂ ਰਹਿਤ ਹੈ। ਸੇਖ, ਦੁਨੀਆਂ ਤੋਂ ਰਹਿਤ ਅਤੇ ਆਦਿ ਕਾਰਨ ਰੂਪ ਅਤੇ ਅਸੇਖ ਸਭ ਥਾਵਾਂ 'ਤੇ ਪਰਿਪੂਰਨ, ਕਿਉਂਕਿ ਸੇਖ ਸ਼ਬਦ ਦਾ ਹੁੰਦਾ ਵੀ ਕੁਛ ਬਾਕੀ ਬਚਿਆ ਹੋਇਆ ਹੋਵੇ, ਅਸੇਖ ਪਾਪ ਸਾਰੇ ਥਾਵਾਂ 'ਤੇ ਪਰਿਪੂਰਨ ਸਰੂਪ ਹੋ। ਦੇ ਸਾਰਨਾ ਭੇਸ ਜਾ ਕਰ, ਜਿਸ ਵਾਹਿਗੁਰੂ ਦਾ ਕੋਈ ਦੇਸ਼ ਕੋਈ ਖਾਸ ਟਿਕਾਣਾ ਨਹੀਂ ਹੈ ਅਤੇ ਨਾ ਹੀ ਕੋਈ ਉਹਦਾ ਭੇਸ ਹੈ, ਕੋਈ ਇਹ ਨਹੀਂ ਦੱਸ ਸਕਦਾ ਵੀ ਵਾਹਿਗੁਰੂ ਕਿੱਥੇ ਰਹਿੰਦਾ ਅਤੇ ਕਿਹੋ ਜਿਹੇ ਵਸਤਰ ਪਾਉਂਦਾ ਹੈ। ਰੂਪ ਰੇਖ ਨਾ ਰਾਗ, ਨਾ ਉਸਦਾ ਕੋਈ ਰੂਪ ਆਕਾਰ ਹੈ ਅਤੇ ਨਾ ਹੀ ਕੋਈ ਮਸ਼ਕਾ ਸ਼ਾਦਕ ਰੇਖਾ ਹੈ ਅਤੇ ਨਾ ਹੀ
ਕਿਸੇ ਨਾਲ ਉਸਦਾ ਰਾਗ ਮੋਹ ਹੈ। ਜਿਤਰ ਤਤਰ ਦਿਸਾ ਵਿਸਾ, ਜਿੱਥੇ ਕਿਤੇ ਦਿਸ਼ਾ ਤੇ ਵਿਦਿਸ਼ਾ ਦੇ ਅੰਦਰ ਹੋਏ ਫੈਲਿਓ ਅਨੁਰਾਗ, ਵਾਹਿਗੁਰੂ ਅਨੁਰਾਗ ਪ੍ਰੇਮ ਸਰੂਪ ਹੋ ਕੇ ਸਭ ਥਾਵਾਂ ਤੇ ਫੈਲ ਰਿਹਾ ਹੈ। ਇਸੇ ਲਈ ਸਵਈਆਂ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਫਰਮਾਇਆ ਹੈ, ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾਇ। ਪ੍ਰੇਮ ਹੀ ਪਰਮਾਤਮਾ ਹੈ, ਉਹ ਪ੍ਰੇਮ ਰੂਪ ਹੋ ਕੇ ਵਾਹਿਗੁਰੂ ਪਰਮੇਸ਼ਰ ਜਿੱਥੇ ਕਿੱਥੇ ਦਿਸ਼ਾ ਵਿਦਿਸ਼ਾ ਦੇ ਵਿੱਚ ਸਭ ਥਾਵਾਂ 'ਤੇ ਬਿਰਾਜਮਾਨ ਹੋ ਰਿਹਾ ਹੈ। ਨਾਮ ਕਾਮ ਵਿਹੀਨ ਪੇਖਤ, ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਫਿਰ ਉਸ ਵਾਹਿਗੁਰੂ ਦਾ ਕੋਈ ਨਾਮ ਵੀ ਨਹੀਂ ਹੈ, ਫਿਰ ਉਹ ਕਾਮਨਾ ਤੋਂ ਰਹਿਤ ਹੈ ਤੇ ਉਹਨੂੰ ਸਭ ਥਾਵਾਂ 'ਤੇ ਹਾਜ਼ਰ ਨਾਜ਼ਰ ਵੇਖੀਦਾ ਹੈ। ਜਾਹੇ ਉਹਦਾ ਕੋਈ ਇੱਕ ਘਰ ਵੀ ਨਹੀਂ ਹੈ ਜਿੱਥੇ ਕੋਈ ਇਹ ਕਹਿ ਸਕੇ ਵੀ ਰੱਬ ਇੱਥੇ ਰਹਿੰਦਾ ਹੈ। ਸਰਮਾਨ ਸਰਵਤਰ ਮਾਨ, ਸਭ ਦਾ ਮਾਣ ਹੈ ਤੇ ਸਭ ਦਾ ਪੂਜਨ ਯੋਗ ਹੈ, ਪੂਜਨੀਕ ਹੈ ਤੇ ਸਰਵਤਰ ਮਾਨ ਤੇ ਸਾਰਿਆਂ ਨੂੰ ਮਾਨ ਬਖਸ਼ਿਸ਼ ਕਰਦਾ ਹੈ। ਸਦੈਵ ਮਾਨਤ ਤਾਹੇ, ਜਿਤਨੇ ਵੀ ਜੀਵ ਜੰਤ ਨੇ, ਰਿਸ਼ੀ ਮੁਨੀ ਪੀਰ ਪੈਗੰਬਰ ਅਵਤਾਰ ਸਾਰੇ ਉਸਨੂੰ ਮੰਨਦੇ ਨੇ, ਅਥਵਾ ਤਿੰਨੇ ਕਾਲਾਂ ਵਿੱਚ ਸਰਵਮਾਨ, ਪਹਿਲਾਂ ਵੀ ਤੈਨੂੰ ਸਾਰੇ ਮੰਨਦੇ ਸਨ ਅਤੇ ਸਰਬੱਤਰ ਮਾਨ, ਹੁਣ ਵੀ ਸਾਰੇ ਤੈਨੂੰ ਮੰਨਦੇ ਨੇ, ਸਦੈ ਮਾਨਵਤਾ ਅਤੇ ਹਮੇਸ਼ਾ ਲਈ ਤੈਨੂੰ ਮੰਨਦੇ ਰਹਿਣਗੇ। ਏਕ ਮੂਤ ਅਨੇਕ ਦਰਸ਼ਨ, ਇਹ ਵਾਹਿਗੁਰੂ ਵਾਸਤਵ ਦੇ ਵਿੱਚ ਤੇਰਾ ਇੱਕੋ ਹੀ ਸਰੂਪ ਹੈ ਜਿਹੜਾ ਨਿਰਗੁਣ ਸਰੂਪ ਹੈ, ਅਤੇ ਫਿਰ ਸਰਗੁਣ ਸਰੂਪ ਧਾਰਨ ਕਰਕੇ ਅਨੇਕਾਂ ਰੂਪਾਂ ਵਿੱਚ ਤੂੰ ਦਰਸ਼ਨ ਦੇਣਾ ਹੈ। ਕਿਨ ਰੂਪਾਂ ਅਨੇਕ, ਤੂੰ ਆਪਣੀ ਸ਼ਕਤੀ ਕੁਦਰਤ ਦੇ ਨਾਲ ਅਨੇਕਾਂ ਰੂਪ ਧਾਰਨ ਕਰਦਾ ਹੈ। ਖੇਲ ਖੇਲਾ ਖੇਲ ਖੇਲਣ, ਇਹ ਵਾਹਿਗੁਰੂ ਜਦੋਂ ਤੂੰ ਸੰਸਾਰ ਦੀ ਖੇਡ ਖੇਡਦਾ ਹੈ ਉਸ ਵੇਲੇ ਕਈ ਰੂਪ ਧਾਰਨ ਕਰ ਲੈਂਦਾ ਹੈ, ਪਰ ਜਦੋਂ ਖੇਡ ਨੂੰ ਅਖੇਲ ਤੂੰ ਖੇਡ ਨੂੰ ਖਤਮ ਕਰ ਦੇਣਾ ਹੈ। ਇਹ ਜਿਹੜੀ ਸੰਸਾਰ ਦੀ ਖੇਡ ਹੈ, ਬਾਜੀ ਗਰ ਜੈਸੀ ਬਾਜੀ ਪਾਈ, ਨਾਨਾ ਰੂਪ ਏਕ ਦਿਖਲਾਈ, ਸਾਂਗੋ ਉਤਾਰ ਥੰਮੇ ਪਸਾਰਾ, ਤਬ ਏਕੋ ਏਕ ਅੰਕਾਰਾ, ਫਿਰ ਤੂੰ ਇਕੱਲਾ ਹੀ ਰਹਿ ਜਾਣਾ ਹੈ। ਅੰਤ ਕੋ ਫਿਰ ਏਕ, ਅਖੀਰ ਤੇ ਫਿਰ ਤੂੰ ਇੱਕੋ ਹੀ ਰਹਿ ਜਾਣਾ ਹੈ। ਇੱਕ ਤੋਂ ਹੀ ਬਾਣੀ ਸ਼ੁਰੂ ਹੁੰਦੀ ਹੈ, ਇੱਕ ਤੋਂ ਹੀ ਜਾਪ ਸ਼ੁਰੂ ਹੁੰਦਾ ਹੈ, ਇਸ ਵਾਸਤੇ ਅਖੀਰ ਤੇ ਵੀ ਇੱਕ ਵਾਹਿਗੁਰੂ ਹੀ ਰਹਿ ਜਾਂਦਾ ਹੈ। ਦੇਹ ਭੇਵ ਨਾ ਜਾਣਈ, ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿੰਨੇ ਦੇਵੀ ਦੇਵਤੇ ਨੇ ਵੀ ਤੁਹਾਡੇ ਭੇਤ ਨੂੰ ਨਹੀਂ ਜਾਣ ਸਕਦੇ। ਜੇ ਵੇਦ ਔਰ ਕਤੇਬ, ਕੀ ਵੇਦਾਂ ਦੇ ਜਿਹੜੇ ਰਿਸ਼ੀ ਮੁਨੀ ਨੇ ਤੇ ਕਤੇਬ ਜਿਹੜੇ ਮੁਸਲਮਾਨਾਂ ਦੀਆਂ ਧਾਰਮਿਕ ਪੁਸਤਕਾਂ ਨੇ, ਉਹਨਾਂ ਨੂੰ ਰਚਣ ਵਾਲੇ ਜਿਹੜੇ ਬੜੇ ਬੜੇ ਵਲੀ ਨੇ, ਪੈਗੰਬਰ ਹੋਏ ਨੇ, ਉਹ ਵੀ ਤੇਰੇ ਭੇਤ ਨੂੰ ਨਹੀਂ ਜਾਣ ਸਕਦੇ। ਰੂਪ ਰੰਗ ਨਾ ਜਾਤ ਪਾਤ, ਤੇਰਾ ਕੋਈ ਆਕਾਰ ਨਹੀਂ ਹੈ, ਕੋਈ ਰੰਗ ਵੀ ਨਹੀਂ ਹੈ, ਨਾ ਹੀ ਕੋਈ ਤੇਰੀ ਜਾਤ ਪਾਤ ਹੈ। ਨਹੀਂ ਕਿਹ ਜੇਬ, ਤੁਹਾਡੀ ਸੋਭਾ ਕਿੰਨੀ ਹੈ, ਜੇਬ ਸੋਭਾ ਨੂੰ ਕਹਿੰਦੇ ਨੇ, ਤੁਹਾਡੇ ਚਿਹਰੇ ਤੇ ਨੂਰ ਕਿੰਨਾ ਹੈ, ਤੇ ਇਹਨੂੰ ਵੀ ਕੋਈ ਨਹੀਂ ਜਾਣ ਸਕਦਾ। ਤਾਤ ਮਾਤ ਨਾ ਜਾਤ ਜਾ ਕਰ, ਜਿਸ ਦਾ ਕੋਈ ਨਾ ਤਾਤ ਪਿਤਾ ਹੈ ਤੇ ਨਾ ਮਾਤਾ ਹੈ, ਨਾ ਹੀ ਕੋਈ ਜਾਤ ਉਹਦੀ ਬਰਾਦਰੀ ਹੈ। ਜਨਮ ਮਰਨ ਵਿਹੀਨ, ਉਹ ਵਾਹਿਗੁਰੂ ਜਨਮ ਮਰਨ ਤੋਂ ਵੀ ਰਹਿਤ ਹੈ। ਚੱਕਰ ਵੱਕਰ ਫਿਰਿਆ ਚੱਤਰ ਚੱਕ, ਉਸ ਵਾਹਿਗੁਰੂ ਦਾ ਜਿਹੜਾ ਹੁਕਮ ਰੂਪੀ ਚੱਕਰ ਹੈ, ਬੱਕਰ ਦਾ ਅਰਥ ਟੇਢਾ ਚੱਕਰ, ਉਹ ਚਾਰੇ ਚੱਕਾਂ ਦੇ ਵਿੱਚ ਫਿਰ ਰਿਹਾ ਹੈ। ਹੁਕਮ ਰੂਪੀ ਚੱਕਰ ਵੀ, ਦੂਸਰਾ ਕਾਲ ਰੂਪੀ ਚੱਕਰ, ਕਾਲ ਕੇ ਬਣਾਏ ਸਭ ਕਾਲ ਹੀ ਚਬਾਏਗੇ, ਜਿਹੜਾ ਕਾਲ ਦਾ ਟੇਢਾ ਚੱਕਰ ਹੈ ਉਹ ਚਾਰੇ ਚੱਕਾਂ ਵਿੱਚ ਉੱਤਰ ਦੱਖਣ ਪੂਰਬ ਤੇ ਪੱਛਮ ਦੇ ਵਿੱਚ ਵਰਤ ਰਿਹਾ ਹੈ। ਤਿੰਨੇ ਪੁਰੀਆਂ ਦੇ ਜਿਹੜੇ ਲੋਕ ਨੇ, ਹੇ ਵਾਹਿਗੁਰੂ ਸਾਰੇ ਤੈਨੂੰ ਮੰਨਦੇ ਨੇ, ਭਾਵ ਤੇਰੀ ਪੂਜਾ ਕਰਦੇ ਨੇ, ਤੇਰੀ ਟਹਿਲ ਸੇਵਾ ਭਗਤੀ ਕਰਦੇ ਹਨ। ਹੇ ਵਾਹਿਗੁਰੂ ਜੀ, 14 ਲੋਕਾਂ ਦੇ ਵਿੱਚ ਜਗ ਜਾਪੀ ਜਿਹ ਜਾਪ, ਜਿਸ ਵਾਹਿਗੁਰੂ ਜੀ ਤੁਹਾਡਾ ਜਾਪ ਜਪਿਆ ਜਾਂਦਾ ਹੈ, 14 ਲੋਕਾਂ ਦੇ ਵਿੱਚ ਸਾਰੇ ਜੀਵ ਜੰਤ
ਤੇਰਾ ਜਾਪ ਜਪ ਰਹੇ ਨੇ, ਤੇਰੀ ਸਿਫਤਸਲਾਹ ਕਰ ਰਹੇ ਹਨ। ਆਦਿ ਦੇਵ ਅਨਾਦ ਮੂਰਤ, ਹੇ ਵਾਹਿਗੁਰੂ ਤੂੰ ਆਦਿ ਕਾਰਨ ਰੂਪ ਹੈ, ਦੇਵ ਪ੍ਰਕਾਸ਼ ਰੂਪ ਹੈ, ਅਨਾਦ ਉਤਪੱਤੀ ਤੋਂ ਰਹਿਤ ਹੈ, ਤੇ ਤੇਰੀ ਜਿਹੜੀ ਮੂਰਤ ਹਸਤੀ ਤੇਰਾ ਸਰੂਪ ਉਹ ਪੈਦਾ ਹੋਣ ਵਾਲਾ ਨਹੀਂ ਹੈ। ਸਭੈ ਜਿਹੇ ਥਾਪ, ਤੂੰ ਇਹ ਸਾਰੇ ਸੰਸਾਰ ਦਾ ਥਾਪ ਦਾ ਅਰਥ ਹੈ, ਸਾਰੇ ਸੰਸਾਰ ਦਾ ਨਿਰਮਾਣ ਤੂੰ ਕੀਤਾ ਹੈ, ਤੇ ਸਾਰਿਆਂ ਨੂੰ ਵੱਖੋ ਵੱਖਰੀਆਂ ਪਦਵੀਆਂ ਤੇ ਟਿਕਾਣਿਆਂ ਤੇ ਤੂੰ ਹੀ ਸਥਾਪਨ ਕੀਤਾ ਹੈ। ਪਰਮ ਰੂਪ ਪਨੀਤ ਮੂਰਤ, ਸਭ ਤੋਂ ਉੱਚੇ ਰੂਪ ਵਾਲਾ, ਸਭ ਤੋਂ ਸੋਹਣਾ ਤੂੰ ਹੈ, ਤੇ ਬੜੇ ਪਵਿੱਤਰ ਮੂਰਤ ਸਰੂਪ ਵਾਲਾ ਹੈ। ਪੂਰਨ ਪੁਰਖ ਅਪਾਰ, ਸਰਬ ਕਲਾ ਭਰਪੂਰ, ਪੁਰਖ ਵਿਆਪਕ ਤੇ ਪਾਰਾਵਾਰ ਤੋਂ ਰਹਿਤ ਹੈ। ਸਰਬ ਵਿਸ਼ਵ ਰਚੋ ਸਵਯੰ ਭਾਵ, ਹੇ ਵਾਹਿਗੁਰੂ ਤੂੰ ਸੁਧੇ ਪ੍ਰਕਾਸ਼ ਰੂਪ ਹੈ, ਸਾਰਾ ਵਿਸ਼ਵ ਸੰਸਾਰ ਤੁਸੀਂ ਰਚਿਆ ਹੈ। ਗਣ ਭੰਜਨ ਹਾਰ, ਤੁਸੀਂ ਸਾਰੇ ਸੰਸਾਰ ਨੂੰ ਘੜਨ ਵਾਲੇ ਹੋ, ਤੇ ਤੁਸੀਂ ਭੰਜਨ ਹਾਰ ਸਭ ਨੂੰ ਨਾਸ ਕਰਨ ਵਾਲੇ ਹੋ। ਕਾਲਹੀਨ ਕਲਾ ਸੰਜੋਗਤ, ਹੇ ਵਾਹਿਗੁਰੂ ਤੁਸੀਂ ਆਪ ਕਾਲ ਤੋਂ ਰਹਿਤ ਹੋ, ਤੇ ਸਾਰੀਆਂ ਕਲਾ ਸ਼ਕਤੀਆਂ ਦੇ ਸੰਜੋਗਤ ਹੋ। ਅਕਾਲ ਪੁਰਖ ਆਦੇਸ਼, ਤੁਸੀਂ ਅਕਾਲ ਪੁਰਖ ਤੇ ਆਦੇਸ਼ ਦੇਸ਼ਾਂ ਤੋਂ ਰਹਿਤ ਹੋ, ਹੇ ਅਕਾਲ ਪੁਰਖ ਜੀ ਤੁਹਾਨੂੰ ਆਦੇਸ਼ ਸਾਡੀ ਨਮਸਕਾਰ ਹੈ। ਧਰਮ ਤਾਮ ਸੋ ਭਰਮ ਰਹਿਤ, ਹੇ ਵਾਹਿਗੁਰੂ ਤੁਸੀਂ ਧਰਮ ਦੇ ਤਾਮ ਘਰ ਹੋ ਤੇ ਭਰਮ ਤੋਂ ਮੁਕਤ ਹੋ। ਅਭੂਤ ਅਲੱਖ ਅਭੇਸ, ਉਹ ਜਿਹੜੇ ਪੰਜ ਤੱਤ ਨੇ ਉਹਨਾਂ ਤੋਂ ਰਹਿਤ ਹੋ, ਤੇ ਅਲੱਖ ਬੁੱਧੀ ਕਰਕੇ ਜਾਣੇ ਨਹੀਂ ਜਾ ਸਕਦੇ, ਤੇ ਭੇਸਾਂ ਤੋਂ ਵੀ ਰਹਿਤ ਹੋ। ਅੰਗਰਾਗ ਨਾ ਰੰਗ ਜਾ ਕੇ ਹੈ, ਅੰਗਰਾਗ ਤੁਹਾਡਾ ਸਰੀਰ ਨਾਲ ਮੋਹ ਨਹੀਂ ਹੈ, ਤੇ ਨਾ ਹੀ ਕੋਈ ਤੁਹਾਡੇ ਸਰੀਰ ਦਾ ਰੰਗ ਰੂਪ ਹੈ। ਜਾਤ ਪਾਤ ਨਾ ਨਾਮ, ਨਾ ਕੋਈ ਤੁਹਾਡੀ ਜਾਤ ਹੈ, ਬਰਾਦਰੀ ਹੈ, ਨਾ ਹੀ ਕੋਈ ਪਾਤ ਸ਼੍ਰੇਣੀ, ਨਾ ਹੀ ਕੋਈ ਤੁਹਾਡੇ ਨਾਮ ਨੂੰ ਜਾਣ ਸਕਦਾ ਹੈ। ਗਰਭ ਗੰਜਨ ਦੁਸ਼ਟ ਪੰਜਨ, ਹੰਕਾਰ ਨੂੰ ਨਾਸ ਕਰਨ ਵਾਲੇ ਹੋ, ਦੁਸ਼ਟਾਂ ਦਾ ਵੀ ਸਿਰ ਭੰਨਣ ਵਾਲੇ ਹੋ। ਮੁਕਤ ਦਾਇਕ ਕਾਮ, ਤੁਸੀਂ ਮੁਕਤੀ ਵੀ ਦੇਣ ਵਾਲੇ ਹੋ, ਤੇ ਕਾਮ ਦਾ ਅਰਥ ਹੈ ਜਿਹੜੇ ਸੰਸਾਰਕ ਸੁੱਖ ਨੇ, ਵਾਸ਼ਨਾਵਾਂ ਨੇ, ਇੱਛਾਵਾਂ ਨੇ, ਉਹਨਾਂ ਨੂੰ ਪੂਰੀਆਂ ਕਰਨ ਵਾਲੇ ਹੋ। ਆਪ ਰੂਪ ਅਮੀਕ ਅਨੁਸਤ, ਇਹ ਵਾਹਿਗੁਰੂ ਸਾਹਿਬ ਦਾ ਆਤਮਾ ਰੂਪ ਹੋ ਕੇ ਤੁਸੀਂ ਵਰਤ ਰਹੇ ਹੋ, ਤੇ ਅਮੀਕ ਬਹੁਤ ਸਮੁੰਦਰ ਵਾਂਗੂ ਡੂੰਘੇ ਹੋ, ਗਹਿਰ ਗੰਭੀਰ ਹੋ, ਤੇ ਅਨਉਸਤਤ ਤੁਸੀਂ ਉਸਤਤ ਦੀ ਇੱਛਾ ਨਹੀਂ ਰੱਖਦੇ, ਆਪਣੀ ਵਡਿਆਈ ਨਹੀਂ ਚਾਹੁੰਦੇ, ਅਨਉਸਤਤ ਤੁਸੀਂ ਉਸਤਤ ਤੋਂ ਰਹਿਤ ਹੋ। ਇੱਕ ਪੁਰਖ ਅਵਦ ਹੋਤ, ਇੱਕ ਅਦਵੈਤ ਸਰੂਪ, ਪੁਰਖ ਵਿਆਪਕ ਸਰੂਪ ਤੇ ਅਵਦੂਤ ਸ਼ੁੱਧ ਸਰੂਪ ਹੋ। ਗਰਭ ਗੰਜਨ ਸਰਬ ਭੰਜਨ, ਹੰਕਾਰ ਨੂੰ ਕੱਟਣ ਵਾਲੇ ਤੇ ਸਾਰਿਆਂ ਨੂੰ ਨਾਸ ਕਰਨ ਵਾਲੇ ਹੋ। ਆਦ ਰੂਪ ਅਸੂਤ, ਸਭ ਦਾ ਆਦ ਰੂਪ, ਕਾਰਨ ਸਰੂਪ ਹੋ, ਤੇ ਅਸੂਤ ਕੋਈ ਤੁਹਾਡੀ ਮਰਜ਼ਾਦਾ ਵਿੱਚ ਨਹੀਂ ਚੱਲ ਸਕਦਾ, ਇਹਦਾ ਮਤਲਬ ਇਹ ਹੈ ਤੁਹਾਨੂੰ ਕਿਸੇ ਮਰਜ਼ਾਦਾ ਦੀ ਲੋੜ ਨਹੀਂ, ਬਾਕੀ ਤੁਹਾਡੇ ਬਣਾਏ ਹੋਏ ਜਿਹੜੇ ਧਰਮ ਨੇ ਉਹਨਾਂ ਦੀ ਮਰਜ਼ਾਦਾ ਵਿੱਚ ਚੱਲਦੇ ਹੋ, ਪਰ ਤੁਹਾਨੂੰ ਕਿਸੇ ਮਰਜ਼ਾਦਾ ਵਿੱਚ ਚੱਲਣ ਦੀ ਲੋੜ ਨਹੀਂ ਹੈ। ਅੰਗਹੀਨ ਅਪੰਗ ਅਨਾਤਮ, ਵਾਹਿਗੁਰੂ ਤੁਸੀਂ ਅੰਗਹੀਨ, ਅੰਗਾਂ ਤੋਂ, ਸਰੀਰ ਤੋਂ ਰਹਿਤ ਹੋ, ਅਤੇ ਅਭੰਗ ਅਨਾਤਮ, ਭੰਗ ਨਾਸ ਹੋਣ ਤੋਂ ਵੀ ਰਹਿਤ ਹੋ, ਅਤੇ ਅਨਾਤਮ ਤੁਹਾਡੇ ਅੰਦਰ ਆਤਮਾ ਵੀ ਨਹੀਂ ਹੈ, ਕਿਉਂਕਿ ਤੁਸੀਂ ਤਾਂ ਆਪ ਹੀ ਪਰਮਾਤਮਾ ਹੋ, ਪਰਮਾਤਮਾ ਸਾਰਿਆਂ ਵਿੱਚ ਹੈ, ਇਸ ਲਈ ਤੁਸੀਂ ਆਤਮਾ ਰੂਪ ਹੋ ਕੇ ਸਭ ਦੇ ਵਿੱਚ ਵਰਤ ਰਹੇ ਹੋ। ਇੱਕ ਪੁਰਖ ਅਪਾਰ, ਇੱਕ ਅਦਵੈਤ ਸਰੂਪ, ਪੁਰਖ ਵਿਆਪਕ ਸਰੂਪ ਤੇ ਅਪਾਰ ਪਾਰਾਵਾਰ ਤੋਂ ਰਹਿਤ ਹੋ। ਸਰਵ ਲਾਇਕ ਸਰਵ ਕਹਾਇਕ, ਸਾਰਿਆਂ ਨੂੰ ਤੁਸੀਂ ਲਾਇਕ ਪਸੰਦ ਆਉਂਦੇ ਹੋ, ਤੁਸੀਂ ਸਾਰਿਆਂ ਨੂੰ ਲਾਇਕ ਕਰਦੇ ਹੋ, ਕੋਈ ਵੀ ਤੁਹਾਡੀ ਭਗਤੀ ਕਰੇ ਸਭ ਨੂੰ ਗਲਤੀ ਨਾਲ ਲਾਉਂਦੇ ਹੋ, ਤੇ ਸਭ ਨੂੰ ਨਾਸ ਕਰਦੇ ਹੋ। ਸਰਵ ਕੋ ਪ੍ਰਤ ਪਾਰ, ਸਾਰਿਆਂ ਦੀ ਪਾਲਣਾ ਕਰਨ ਵਾਲੇ ਪਰਵਤਗਾਰ ਵੀ ਤੁਸੀਂ ਹੋ। ਸਰਵ ਗੰਤਾ ਸਰਵ ਹੰਤਾ, ਸਭ ਨੂੰ ਸਰਵ ਗੰਤਾ, ਸਭ ਥਾਵਾਂ ਤੇ ਗੰਤਾ ਗਮਤਾ ਕਰਨ ਵਾਲੇ ਹੋ, ਜਿੱਥੇ ਚਾਹੋ ਉੱਥੇ ਜਾ ਸਕਦੇ ਹੋ, ਤੇ ਸਰਵ ਹੰਤਾ ਤੇ ਸਾਰਿਆਂ ਨੂੰ ਨਾਸ ਕਰਨ ਵਾਲੇ ਹੋ। ਸਰਵ ਗੰਤਾ, ਗੰਤਾ ਦਾ ਅਰਥ ਗਿਣਤੀ ਦਾ ਵੀ ਹੈ, ਸਾਰੀਆਂ ਗਿਣਤੀਆਂ ਦੇ ਮਾਲਕ ਤੁਸੀਂ ਹੋ,
ਤੇ ਸਾਰਿਆਂ ਨੂੰ ਨਾਸ ਕਰਨ ਵਾਲੇ ਵੀ ਤੁਸੀਂ ਹੋ। ਸਰਵ ਤੇ ਅਨਭੇਖ, ਸਾਰੇ ਭੇਖਾਂ ਤੋਂ ਵੀ ਅਨਰਹਿਤ ਹੋ। ਸਰਵ ਸ਼ਾਸਤਰ ਨਾ ਜਾਣੈ, ਜਿੰਨੇ ਧਰਮ ਸ਼ਾਸਤਰ ਨੇ ਧਰਮ ਗ੍ਰੰਥ ਨੇ ਉਹ ਮਹਾਰਾਜ ਤੁਹਾਡੇ ਬਾਰੇ ਕੁਝ ਵੀ ਨਹੀਂ ਜਾਣ ਸਕਦੇ। ਜੇ ਰੂਪ ਰੰਗ ਨਾ ਰੇਖ, ਉਸ ਵਾਹਿਗੁਰੂ ਪਰਮੇਸ਼ਰ ਦਾ ਰੂਪ ਆਕਾਰ ਕਿਹੋ ਜਿਹਾ ਹੈ, ਰੰਗ ਕਿਹੋ ਜਿਹਾ ਹੈ ਤੇ ਉਹਦਾ ਭੇਖ ਲਿਬਾਸ ਕਿਹੋ ਜਿਹਾ ਹੈ, ਇਹਦੇ ਬਾਰੇ ਕੁਛ ਵੀ ਨਹੀਂ ਕੋਈ ਜਾਣ ਸਕਦੇ। ਪਰਮ ਵੇਦ ਪ੍ਰਾਣ ਜਾ ਕਾ ਹੈ, ਜਿਹੜੇ ਵੱਡੇ ਵੇਦ ਨੇ ਸ਼ਿਆਮ ਵੇਦ, ਰਿਗ ਜੁਜਰ, ਅਥਰਵਣ ਤੇ 18 ਪ੍ਰਾਣ ਨੇ, ਇਹ ਵੀ ਜਿਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਕੁਝ ਨਹੀਂ ਜਾਣ ਸਕਦੇ। ਨੇਤ ਭਾਖਤ ਨੇਤ, ਹਮੇਸ਼ਾ ਲਈ ਨੇਤ ਦਾ ਅਰਥ ਹੈ ਬੇਅੰਤ ਬੇਅੰਤ ਹੀ ਤੁਹਾਨੂੰ ਆਖਦੇ ਹਨ। ਹੋਰ ਸਿਮਰਤ ਪ੍ਰਾਣ ਸ਼ਾਸਤਰ, ਕਰੋੜਾਂ ਸਿਮਰਤੀਆਂ ਤੇ ਪ੍ਰਾਣ ਤੇ ਹੋਰ ਧਰਮ ਗ੍ਰੰਥ ਹਨ। ਨਾ ਆਪ ਹੀ ਬਹੁ ਚਿਤ, ਉਹਨਾਂ ਦੇ ਵੀ ਚੇਤੇ ਨਹੀਂ ਆ ਸਕਦੇ, ਭਾਵ ਉਹ ਵੀ ਤੁਹਾਨੂੰ ਪੂਰਨ ਰੂਪ ਦੇ ਵਿੱਚ ਨਹੀਂ ਜਾਣ ਸਕਦੇ। ਉਹਨਾਂ ਦੀ ਯਾਦ ਸ਼ਕਤੀ ਵੀ ਇੰਨੀ ਵੱਡੀ ਨਹੀਂ ਹੈ ਕਿ ਤੁਹਾਨੂੰ ਪੂਰਨ ਰੂਪ ਦੇ ਵਿੱਚ ਜਾਣ ਸਕਣ, ਕਿਉਂਕਿ ਤੁਹਾਡਾ ਜਿਹੜਾ ਸਰੂਪ ਹੈ ਉਹ ਅਪਰਪਾਰ ਹੈ, ਨਿਰਾਕਾਰ ਹੈ, ਉਸਨੂੰ ਕੋਈ ਵੀ ਨਹੀਂ ਜਾਣ ਸਕਦਾ। ਇਹ ਜਾਪ ਸਾਹਿਬ ਬਾਣੀ ਹੈ ਜਿਸ ਦੀ ਸੰਗਤਾਂ ਵਿਚਾਰ ਕਰ ਰਹੇ ਹੋ, ਇਹਦੇ ਵਿੱਚ ਸਿਰਫ ਤਾਂ ਸਿਰਫ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਗੁਰੂ ਮਹਾਰਾਜ ਨੇ ਕੀਤੀ ਹੈ ਅਤੇ ਉਸਤਤ ਦੇ ਨਾਲ ਨਾਲ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਮਸਕਾਰ ਵੀ ਕੀਤੀ ਹੈ। ਇਸ ਲਈ ਇਸ ਬਾਣੀ ਦੀ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ ਅਤੇ ਅੱਜ ਇੱਥੇ ਰੁਆਰਸ਼ਾਂ ਦੀ ਸੰਪੂਰਨਤਾ ਹੋਈ ਹੈ। ਇਸ ਬਾਣੀ ਦੀਆਂ 86 ਪੌੜੀਆਂ ਹੋ ਗਈਆਂ ਨੇ। ਅੱਜ ਦੀ ਕਥਾ ਇੱਥੇ ਹੀ ਸਮਾਪਤ ਹੈ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਪਰਮ ਵੇਦ ਪ੍ਰਾਣ ਜਾ ਕਹਿ ਨੇਤ ਪਾਖਤ ਨਿਤ, ਹੋਰ ਸਿਮਰਤ ਪ੍ਰਾਣ ਸ਼ਾਸਤਰ ਨਾ ਆਵਹੇ ਬਹੁ ਚਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।